ਅੰਮੀ ਸ਼ਹੀਦ ਹੋਈ, ਮੇਰਾ ਛੋਟਾ ਭਾਈ ਸ਼ਹੀਦ ਹੋਇਆ, ਮੇਰਾ ਦਾਦਾ ਸ਼ਹੀਦ ਹੋਇਆ, ਮੇਰੇ ਚਾਚੇ ਤਾਏ ਸ਼ਹੀਦ ਹੋਏ ਉਹਦੇ ਵਿੱਚ। ਅਤੇ ਉਸ ਤੋਂ ਬਾਅਦ ਫਿਰ ਮੈਂ ਅੱਬੇ ਮੇਰੇ ਨੇ ਮੈਨੂੰ ਚੱਕ ਲਿਆ ਮੁੰਡੇ 'ਤੇ, ਅਸ਼ੋ ਤੋਂ ਦੌੜ ਲਏ, ਦੌੜ ਕੇ ਫਿਰ ਕਮਾਦਾ 'ਚ। 10 ਦਿਨ ਮੈਂ ਆਪਣੇ ਵਾਲਦ ਦੇ ਨਾਲ ਕਮਾਦ 'ਚ ਰਿਹਾ ਕਿ ਕਿਸੇ ਵੀ ਸਿੱਖ ਦਾ ਜਾਂ ਹਿੰਦੂ ਦਾ ਹੱਥ ਨਹੀਂ ਲਵਾਉਣਾ, ਜਾਂ ਦੇ ਦੇਣੀ। ਉਸ ਵਿੱਚ ਸਾਡੀ ਉਹ ਨਹਿਰ ਜਿਹੜੀ ਹੈ ਨਾ, ਹਾਂਜੀ, ਛਾਲ ਮਾਰਨਾ ਕਿ ਨਹਿਰ ਭਰ ਗਈ, ਅਤੇ ਜਵਾਨ ਬੱਚੀਆਂ ਨੇ, ਔਰਤਾਂ ਨੇ, ਉਹ ਨਹਿਰ ਸਾਡੀ ਖੂਹ ਵੀ ਭਰ ਗਿਆ, ਟੋਏ ਵੀ ਭਰ ਗਏ ਲਾਸ਼ਾਂ ਨਾਲ, ਯਾਨੀ ਇੰਨੀ ਕਤਰੋ ਗ੍ਰਾਂਤ ਹੋਈ ਆ ਉੱਥੇ। ਹਾਂਜੀ, ਕੋਈ ਕਿਸਮ ਦਾ ਨਹੀਂ ਪਤਾ ਹੁਣ ਮੇਰਾ ਪਿਓ ਅਤੇ ਉਹ ਜਨਾਬ ਇੱਦਾਂ ਵੀ ਉਹ ਤਾਂ ਕਿਤੇ ਭੁੱਲਦੀ ਨਹੀਂ। ਅੱਛਾ, ਯਾਨੀ ਕੋਈ ਵੀ ਗੱਲ ਕਰਦਾ ਅਸੀਂ ਉਹਦੀ ਰੈਫਰੈਂਸ ਦਿੰਦੇ ਆਪਣੇ ਪਿੰਡ ਦਾ ਜਾਂ ਪਿਛਾ ਜੋ ਵੀ ਸਾਡਾ ਜੀ ਜੀ, ਉਹ ਨਹੀਂ ਭੁੱਲ ਸਕਦਾ ਨਾ ਹੀ ਭੁੱਲਣ ਚੀਜ਼ ਦਾ। ਸਹੀ, ਬਿਸਮਿਲਲਾਹ ਰਹਿਮਾਨ ਰਹੀਮ, ਅਸਲਾਮੁ ਅਲੈਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ। ਯੂਟਿਊਬ ਚੈਨਲ ਪੰਜਾਬ ਰੰਗ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਐਸੇ ਬਜ਼ੁਰਗਾਂ ਨਾਲ ਕਰਾਈ ਦੀ ਆ ਜਿਹੜੇ 1947 ਦੇ ਅਜਾੜੇ ਦੇ ਟਾਈਮ 'ਤੇ ਬੜੀਆਂ ਮੁਸ਼ਕਲਾਂ, ਮੁਸੀਬਤਾਂ, ਦੁੱਖ, ਤਕਲੀਫਾਂ ਝੱਲ ਕੇ ਅਤੇ ਲੈਂਦੇ ਪੰਜਾਬ 'ਚ ਪਹੁੰਚੇ ਸੀ। ਇਸੇ ਹੀ ਕਿਸਮ ਦੇ ਇੱਕ ਬਜ਼ੁਰਗ ਸਾਡੇ ਸਾਹਮਣੇ ਬੈਠੇ ਹੋਏ ਆ, ਇਹਨਾਂ ਨੂੰ ਇਹਨਾਂ ਦੀ ਸਟੋਰੀ ਪੁੱਛਦੇ ਹਾਂ ਕਿ 1947 ਦੇ ਵਿੱਚ ਕਿੱਥੇ ਰਹਿੰਦੇ ਸੀ, ਕਿੰਨੀ ਉਮਰ ਸੀ ਅਤੇ ਕਿਸ ਤਰ੍ਹਾਂ ਇਹ ਮਾਈਗ੍ਰੇਸ਼ਨ ਦੇ ਟਾਈਮ 'ਤੇ ਲਹਿੰਦੇ ਪੰਜਾਬ 'ਚ ਪਹੁੰਚੇ ਸੀ। ਅਸਲਾਮੁ ਅਲੈਕਮ ਜੀ। ਵਾਲੇਕੁਮ ਸਲਾਮ। ਹਾਂਜੀ ਬਜ਼ੁਰਗੋ, ਕੀ ਹਾਲ ਜੇ? ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਂ ਦੱਸੋ। ਮੇਰਾ ਵੀ ਹਾਂਜੀ ਦੀਨ ਮੁਹੰਮਦ। ਦੀਨ ਮੁਹੰਮਦ? ਹਾਂਜੀ ਦੀਨ ਮੁਹੰਮਦ ਸਾਹਿਬ। ਆਪਣੇ ਵਾਲਦ ਸਾਹਿਬ ਦਾ ਕੀ ਨਾਂ? ਰਹਿਮਦੀਨ। ਰਹਿਮਦੀਨ। ਅਤੇ ਦਾਦਾ ਜੀ ਦਾ? ਨਿੱਕੂ। ਦਾਦਾ ਜੀ ਦਾ ਨਾਂ ਨਿੱਕੂ। ਅੱਛਾ, ਦੀਨ ਮੁਹੰਮਦ ਸਾਹਿਬ ਆਪਣੀ ਬਰਾਦਰੀ ਕਿਹੜੀ ਆ? ਹੁਣ ਤਾਂ ਮਲਕਾ, ਪਹਿਲੇ ਤੇਲੀ ਗਏ ਸੀ ਇੰਡੀਆ 'ਚ। ਅੱਛਾ ਅੱਛਾ, ਯਾਨੀ ਆਪਣੀ ਮਲਕ ਬਰਾਦਰੀ ਆ। ਅਤੇ ਜਦੋਂ 1947 ਦੀ ਵੰਡ ਹੋਈ ਆ, 1947 'ਚ ਅਜਾੜਾ ਪਿਆ, ਪਾਕਿਸਤਾਨ ਅਤੇ ਹਿੰਦੁਸਤਾਨ ਅਲੈਦਾ ਅਲੈਦਾ ਮੁਲਕ ਬਣੇ ਆ, ਪਾਰਟੀਸ਼ਨ ਹੋਈ ਆ, ਉਦੋਂ ਤੁਹਾਡੀ ਉਮਰ ਕਿੰਨੀ ਸੀ? ਮੇਰੀ ਰਾਊਂਡ ਅਬਾਊਟ ਸੀਗੀ ਕੋਈ 5.5 ਸਾਲ ਦੀ ਤਕਰੀਬਨ। ਅੱਛਾ, ਅਤੇ ਆਪਣਾ ਪਿਛਲਾ ਪਿੰਡ ਕਿਹੜਾ ਸੀ? ਪਿੰਡ ਜਾਂ ਸ਼ਹਿਰ ਕਿੱਥੇ ਰਹਿੰਦੇ? ਪਿਛਲਾ ਪਿੰਡ ਸੀਗਾ ਮਕਸੂਦੜਾ। ਮਕਸੂਦੜਾ, ਪੰਜਾਬੀ ਨੂੰ ਮਕਸੂਦੜਾ ਵੀ ਕਹਿੰਦੇ ਸੀਗੇ। ਅੱਛਾ, ਹਾਂ, ਅਤੇ ਅਸਲ ਨਾਮ ਤਾਂ ਮਕਸੂਦੜਾ ਸੀਗਾ, ਆਮ ਤੌਰ 'ਤੇ ਮਕਸੂਦੜਾ ਕਹਿੰਦੇ ਸੀਗੇ। ਅੱਛਾ, ਇਹ ਸੀਗਾ ਦਰਿਆਹੇ ਵਾਲੀ ਨਹਿਰ ਦੇ ਨਾਲ ਹੀ ਥੋੜ੍ਹਾ ਫਾਸਲਾ ਸੀ। ਅੱਛਾ, ਇਹ ਜਿਹੜਾ ਪਿੰਡ ਸੀ ਤੁਹਾਡਾ, ਇਹ ਕਿਹੜੀ ਤਹਿਸੀਲ ਦੇ ਵਿੱਚ ਸੀ? ਇਹ ਤਹਿਸੀਲ ਪੈਲ। ਤਹਿਸੀਲ ਪੈਲ, ਪੈਲ। ਡਿਸਟ੍ਰਿਕਟ, ਜ਼ਿਲ੍ਹਾ? ਨਹੀਂ, ਉਦੋਂ ਤਾਂ ਰਿਆਸਤ ਸੀਗਾ, ਰਿਆਸਤ ਪਟਿਆਲਾ ਵਿੱਚੋਂ, ਜਿੱਦਾਂ ਅੱਜ ਕੱਲ੍ਹ ਡਿਸਟ੍ਰਿਕਟ ਲੁਧਿਆਣਾ ਬਣਿਆ ਨਾ। ਜੀ ਜੀ, ਉਹ ਰਿਆਸਤ ਪਟਿਆਲਾ ਸੀ ਪਹਿਲੇ। ਅੱਛਾ, ਪਾਠਸ਼ਾਲਾ ਤੋਂ ਪਹਿਲਾਂ ਰਿਆਸਤ, ਸਭ ਰਿਆਸਤਾਂ ਚੱਲਦੀਆਂ ਸੀ। ਜਿਹੜਾ ਪਿੰਡ ਸੀ ਤੁਹਾਡਾ ਉਹ ਰਿਆਸਤ ਪਟਿਆਲੇ ਸੀਗਾ। ਅੱਛਾ, ਤਹਿਸੀਲ ਪੈਲ, ਅੱਜ ਕੱਲ੍ਹ ਡਿਸਟ੍ਰਿਕਟ ਲੁਧਿਆਣੇ 'ਚ, ਤਹਿਸੀਲ ਪੈਲ। ਤਹਿਸੀਲ ਪੈਲ, ਅਤੇ ਉਹਦੇ ਆਲੇ ਦੁਆਲੇ ਕੋਈ ਪਿੰਡਾਂ ਦੇ ਨਾਂ ਕੀ ਸੀ? ਕਿਹੜੇ ਕਿਹੜੇ ਪਿੰਡ ਸੀ ਆਲੇ ਦੁਆਲੇ? ਮੋਟ, ਕਢਾਣੀ, ਬੁਆਣੀ, ਧਾਂਦਰਾ। ਅੱਛਾ, ਅਤੇ ਇੱਕ ਲਸਾੜਾ ਸੀ, ਕਾਫੀ ਉਹ ਤਾਂ ਪੁਰਾਣਾ, ਕਾਫੀ ਮਜ਼ਬੂਤ ਗਿਆ। ਹਾਂਜੀ, ਉਹ ਜ਼ਹਿਨ 'ਚ ਨਹੀਂ ਰਹਿੰਦਾ। ਅੱਛਾ, ਇਹ ਜਿਹੜਾ ਆਪਣਾ ਪਿੰਡ ਸੀ,
ਇਹਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਸਾਡੇ ਜ਼ਿਆਦਾਤਰ ਬਰਾਦਰੀ ਆਪਣੇ ਸਿੱਖ ਔਰ ਹਿੰਦੂ। ਸਿੱਖ ਜ਼ਿਆਦਾ ਸੀ, ਸਿੱਖ ਜ਼ਿਆਦਾ ਸੀ ਅਤੇ ਹਿੰਦੂ ਵੀ ਹੈ ਸੀ। ਹਿੰਦੂ ਹੈ ਸੀ ਲੇਕਿਨ ਘੱਟ। ਮੁਸਲਮਾਨ ਵੀ ਹੈ ਸੀ? ਮੁਸਲਮਾਨ ਦੇ ਕੋਈ ਘਰ ਮੈਂ ਹਲ 15-20 ਘਰ ਸੀ ਮੁਸਲਮਾਨਾਂ ਦੇ। ਅੱਛਾ, ਥੋੜ੍ਹੇ ਸੀ ਸਾਡੇ। ਹਾਂ, ਮਸਜਿਦ ਵੀ ਸੀ ਕੱਚੀ ਬਣੀ। ਅੱਛਾ, ਅਤੇ ਸਿੱਖਾਂ ਦੇ ਕਿੰਨੇ ਘਰ ਸੀ? ਸਿੱਖ ਮੈਂ ਖੈਰ ਇੰਨੇ ਨਹੀਂ, ਮੈਨੂੰ ਉਦੋਂ ਕਿਉਂਕਿ 4.5-5 ਸਾਲ ਤਾਂ ਮੇਰੀ ਇਹ ਸੀਗੀ ਜੀ ਜੀ। ਪਰ ਮੇਰਾ ਵਾਲਦ ਸਾਹਿਬ ਫੌਜ ਵੀ ਸੀਗੇ। ਅੱਛਾ, ਚਾਚਾ ਮੇਰਾ ਸਿੱਖਾਂ ਨਾਲ ਰਾਖੀ ਕਰਦਾ ਸੀਗਾ, ਨਹੀਂ ਮਤਲਬ ਨੌਕਰੀ ਕਰ ਲਓ ਉਹਨਾਂ ਕੋਲ। ਅੱਛਾ ਅੱਛਾ, ਅਤੇ ਉਹ ਜਿਹੜਾ ਪਿੰਡ ਸੀ ਉਹਦੇ ਲੰਬੜਦਾਰ ਕਿੰਨੇ ਸੀ? ਕੋਈ ਜ਼ਹਿਨ 'ਚ ਹੈ ਜੀ? ਨਹੀਂ ਲੰਬੜਦਾਰ। ਅੱਛਾ, ਅਤੇ ਜਿਹੜੇ ਸਿੱਖ ਸਰਦਾਰ ਸੀ ਉਹਨਾਂ ਦੇ ਕੋਈ ਤੁਹਾਨੂੰ ਨਾਂ ਸ਼ਾਂ ਆਉਂਦੇ? ਕੌਣ ਕੌਣ ਸੀ ਉੱਥੇ? ਇੱਕ ਤਾਂ ਭਗਤਾ ਸਿੰਘ ਸੀਗਾ। ਅੱਛਾ, ਜਿਹੜਾ ਆਪਣੇ ਆਪ ਨੂੰ ਮਤਲਬ 24 ਟਾਈਮ ਕਹਾਉਂਦਾ ਸੀਗਾ ਜੀ ਜੀ। ਅਤੇ ਉਹਦੇ ਹੀ ਪਰੇ ਉਹ ਨੰਬਰਦਾਰ ਸੀਗਾ, ਉਹ ਚੌਧਰੀ ਸੀਗਾ, ਕੀ ਸੀ ਆਈ ਡੋਂਟ ਨੋ ਅਬਾਊਟ ਦੈਟ। ਅੱਛਾ, ਅਤੇ ਜਿਹੜੇ ਹਿੰਦੂ ਸੀ ਉਹਨਾਂ 'ਚੋਂ ਕਿਸੇ ਦਾ ਨਾਂ ਤੁਹਾਨੂੰ ਯਾਦ ਹੋਵੇ? ਸੀਗਾ ਮਾਸਟਰ ਭਗਤ, ਇੱਕ ਨੱਥੂ ਸੀਗਾ ਸਿੱਖ, ਇਹਦਾ ਨਾਮ। ਅੱਛਾ, ਨੱਥੂ ਸਿੱਖ ਸੀ ਅਤੇ ਮਾਸਟਰ ਭਗਤ ਬਿਲਕੁਲ ਸਾਡੇ ਸਾਹਮਣੇ ਰਹਿੰਦੇ ਸੀ ਆਪਰੇਟ। ਅੱਛਾ, ਤੁਹਾਡੇ ਘਰ ਦੇ ਸਾਹਮਣੇ ਰਹਿੰਦੇ ਸੀ? ਉਹਨੂੰ ਨੱਥੂ ਸਿੰਘ ਨੂੰ, ਨੱਥੂ ਸਿੰਘ। ਹਾਂ, ਉਦੋਂ ਘਰ ਨੂੰ ਬਚਣੀ ਸੀ। ਅੱਛਾ ਅੱਛਾ, ਅਤੇ ਆਪਣਾ ਘਰ ਪਿੰਡ ਦੇ ਵਿੱਚ ਕਿੱਥੇ ਗਿਆ ਸੀ? ਕੋਈ ਗਲੀ ਦੇ ਵਿੱਚ ਸੀ, ਜਿਹੜੀ ਬਾਹਰੋਂ ਤਾਂ ਗਲੀ ਛੋਟੀ ਗਲੀ ਸੀ, ਤਕਰੀਬਨ 4 ਫੁੱਟ ਦੀ ਗਲੀ ਜਾਂਦਾ, 4.5-4 ਫੁੱਟ ਦੀ। ਅੱਛਾ, ਉਹਦੇ ਵਿੱਚ ਆਪਣਾ ਘਰ ਸੀ? ਹਾਂਜੀ। ਨਹੀਂ, ਜੇ ਜਾਣਾ ਹੋਵੇ ਤੁਹਾਡੇ ਘਰ, ਲੱਭਣਾ ਹੋਵੇ ਤਾਂ ਕਿਵੇਂ ਲੱਭਾਂਗੇ? ਤੁਹਾਨੂੰ ਕੋਈ ਨਿਸ਼ਾਨੀਆਂ ਦੱਸੋ ਕੋਈ ਉਹਦੀ। ਨਿਸ਼ਾਨੀ ਇਹ ਸੀ ਉਸ ਵਕਤ ਦੀ ਨਿਸ਼ਾਨੀ ਤਾਂ ਵੀ ਸਾਡੇ ਘਰ ਦੇ ਸਾਹਮਣੇ ਜਿਹੜੇ ਸਿੱਖਾਂ ਦਾ ਘਰ ਸੀ ਨਾ, ਉਹਨਾਂ ਦੇ ਮੋਰ ਬਣੇ ਸੀ ਨੀਲੇ ਰੰਗ 'ਚ ਘਰ ਦੇ ਉੱਤੇ। ਘਰ ਦੇ ਉੱਤੇ ਚੁਬਾਰਾ ਸੀ ਨਾ ਉਹਨਾਂ ਦਾ? ਹਾਂਜੀ ਹਾਂਜੀ, ਪੱਕਾ ਮਕਾਨ ਸੀ ਜੀ ਜੀ। ਸਾਡੇ ਤਾਂ ਕੱਚਾ ਮਕਾਨ ਸੀ, ਉਹ ਤਾਂ ਪੱਕਾ ਮਕਾਨ ਸੀਗਾ, ਉੱਥੇ ਮੋਰ ਦੇ ਬਣੇ ਸੀ ਫੋਟੋਆਂ। ਅੱਛਾ ਅੱਛਾ, ਕੀ ਨਾਂ ਕੀ ਉਹਨਾਂ ਦਾ ਦੱਸਿਆ ਜਿਹੜਾ ਸਾਹਮਣੇ? ਨੱਥੂ, ਨੱਥੂ ਸਿੰਘ। ਅੱਛਾ, ਸਹੀ। ਅਤੇ ਤੁਸੀਂ ਮਾਸ਼ਾਅੱਲਾ ਪੜ੍ਹਦੇ ਰਹੇ ਜੇ ਉੱਥੇ? ਨਹੀਂ ਨਹੀਂ ਨਹੀਂ, ਮੈਂ ਤਾਂ ਇੱਧਰ ਦਾਖਲ ਹੋਇਆ। ਅੱਛਾ, ਉੱਧਰ ਨਹੀਂ ਪੜ੍ਹੇ? ਨਹੀਂ। ਤੁਸੀਂ ਕੋਈ ਤੁਹਾਡੇ ਹਾਣੀ ਜਿਹੜੇ ਸਿੱਖਾਂ ਦੇ ਮੁੰਡੇ ਕੁੜੀਆਂ? ਐਸਾ ਕੋਈ ਨਹੀਂ ਸੀ ਮੇਰਾ, ਤੁਹਾਨੂੰ ਕੋਈ ਯਾਦ ਨਹੀਂ? ਨਹੀਂ ਨਹੀਂ। ਅੱਛਾ, ਅਤੇ ਉਹ ਜਿਹੜਾ ਪਿੰਡ ਸੀ ਉਹਦੇ ਵਿੱਚ ਕੋਈ ਦਰਬਾਰ ਸ਼ਰਬਾਰ ਵੀ ਹੈ ਸੀ? ਨਹੀਂ, ਸਾਡੇ ਪਿੰਡ ਦਰਬਾਰ ਕੋਈ ਨਹੀਂ ਸੀਗਾ। ਮਸਜਿਦ ਹੈ? ਮਸਜਿਦ ਹੈ ਸੀ ਕੱਚੀ। ਅੱਛਾ, ਇੱਕ ਸਾਡੇ ਕੋਲ ਛੋਟਾ ਜਿਹਾ ਜੰਗਲ ਸੀਗਾ, ਉਹਨੂੰ ਢੱਕੀ ਢੱਕੀ ਕਹਿੰਦੇ ਸੀਗੇ। ਉੱਥੇ ਦੇ ਆਮ ਤੌਰ 'ਤੇ ਨਾ ਅਸੀਂ ਡਰਦੇ ਬੱਚੇ ਜਾਂਦੇ ਨਹੀਂ ਸੀ ਹੁੰਦੇ ਵੀ ਇੱਥੇ ਦੀ ਜਿੰਨਾਤ ਨੇ ਅਤੇ ਉਹ ਚਿੜੇਲਾਂ ਨੇ ਭੂਤਾਂ ਨੇ। ਅੱਛਾ, ਅਤੇ ਸਰਦਾਰਾਂ ਦੇ ਗੁਰਦੁਆਰੇ ਤਾਂ ਹੋਣਗੇ? ਸਰਦਾਰ ਦਾ ਮੈਨੂੰ ਇਹ ਵੀ ਨਹੀਂ ਅੱਛੇ ਦਾ ਯਾਦ ਹੈਗਾ। ਅੱਛਾ, ਪਰ ਮਸਜਿਦ ਚੁੱਕੇ ਸਾਡੇ ਇੱਥੇ ਉਹ ਮੇਰੇ ਤਾਏ ਲਾਲ ਉੱਥੇ ਬੱਚੇ ਨੂੰ ਪੜ੍ਹਾਉਂਦੇ ਹੁੰਦੇ ਸੀਗੇ। ਅੱਛਾ ਅੱਛਾ, ਆਪਣਾ ਉੱਥੇ ਕਾਰੋਬਾਰ ਕੀ ਸੀ? ਕੰਮ ਸ਼ਾਮ ਕੋਹਲੂ ਦਾ। ਅੱਛਾ, ਯਾਨੀ ਤੁਸੀਂ ਕੋਹਲੂ ਦਾ ਕੰਮ ਕਰਦੇ? ਤੁਹਾਡੇ ਵਾਲਦ ਸਾਹਿਬ? ਮੇਰਾ ਦਾਦਾ ਜੀ। ਦਾਦਾ ਜੀ? ਵਾਲਦ ਸਾਹਿਬ ਮੇਰੇ ਫੌਜ 'ਚ ਸੀਗੇ, ਆਰਮੀ ਦੇ ਵਿੱਚ ਸੀ। ਆਰਮੀ ਸਰ? ਅੱਛਾ ਅੱਛਾ, ਯਾਨੀ ਜਿਹੜੀ ਕੰਬਾਈਨਡ ਆਰਮੀ ਸੀ ਉਸ ਟਾਈਮ ਉਹਦੇ ਵਿੱਚ? ਉਹ ਬਿਫੋਰ ਪਾਰਟੀ 'ਚ ਨਾ ਉਹਨਾਂ ਨੇ ਫਿਰ ਜੋ ਵੀ ਮੁਸਲਮਾਨ ਸੀ ਨਾ ਆਰਮੀ ਦਾ ਜੀ, ਉਹਨੂੰ ਡਿਸਚਾਰਜ ਕਰਨ ਲੱਗੇ ਸੀਗੇ ਵਿਦਆਊਟ ਐਨੀ ਰੀਜ਼ਨ, ਵਿਦਆਊਟ ਐਨੀ। ਅੱਛਾ, ਜਿਹੜੀ ਕੋਲ ਚੁੱਕ ਇਹਨਾਂ ਤੋਂ ਪਹਿਲੇ ਜਾਂ ਪਾਰਟੀ 'ਚ ਦਫਾਹ ਹੋਈ ਨਾ, ਇਹਨੇ ਕੋਲ ਹਥਿਆਰ ਲੈ ਕੇ ਇਹਨੇ ਕੋਲ ਡੰਡੇ ਫੜਾਤੇ ਸੀਗੇ। ਅੱਛਾ, ਕੰਪਲਸਰੀ ਰਿਟਾਇਰ ਕਰਦੇ ਸੀ ਇਹਨਾਂ ਨੂੰ, ਛੁੱਟੀ ਕਰੋ ਤੁਸੀਂ ਜਾਓ, ਮੁਸਲਮਾਨ ਜਿੰਨੇ ਮੁਸਲਮਾਨ ਹੈਗੇ ਨੇ। ਅੱਛਾ, ਉਹ ਮੇਰੇ ਅੱਬਾ ਜੀ ਮੇਰੇ ਆ ਗਏ ਉੱਥੇ। ਅੱਛਾ, ਫਿਰ 1947 ਆ ਗਿਆ। ਹਾਂ, ਤੁਹਾਨੂੰ ਕਿਵੇਂ ਪਤਾ ਲੱਗਾ ਵੀ ਹੁਣ ਜੀ ਪਾਕਿਸਤਾਨ ਅਲੈਦਾ ਮੁਲਕ ਬਣ ਗਿਆ? ਅਤੇ ਉਹ ਸਾਨੂੰ ਨਹੀਂ, ਸਵੇਰੇ ਬੈਠ ਕੇ ਸਿਆਣੇ ਗੱਲਾਂ ਕਰਦੇ ਸੀ ਨਾ ਜੀ ਜੀ, ਉਸ ਵਕਤ ਉਹ ਕਹਿੰਦੇ ਵੀ ਪਾਕਿਸਤਾਨ ਬਣ ਗਿਆ ਜੀ, ਮਤਲਬ ਹਿੰਦੁਸਤਾਨ ਅਲੈਦਾ ਹੋਜੂਗਾ, ਪਾਕਿਸਤਾਨ ਅਲੈਦਾ ਬਣ ਗਿਆ। ਅੱਛਾ, ਉਹ ਸਾਡੇ ਜਿਹੜੇ ਬਜ਼ੁਰਗ ਸੀ ਨਾ, ਖਾਸ ਕਰ ਮੇਰੇ ਦਾਦਾ ਜੀ, ਹਾਂਜੀ ਹਾਂਜੀ, ਉਹਨਾਂ ਦਾ ਕੰਸੈਪਟ ਇਹ ਸੀ ਕਿ ਨਹੀਂ 4 ਦਿਨ ਦੀ 10 ਦਿਨ ਦੀ ਰੌਲਾ ਬੌਲਾ ਹੀ ਹੈ। ਹਾਂਜੀ, ਉਸ ਵਾਰੀ ਵਾਪਸ ਕਿੱਥੇ ਜਾਣਾ, ਕਿਤੇ ਇੱਥੇ ਰਹਿਣਾ। ਸ਼ਹਿਰ ਲੋਕ ਨਹੀਂ ਮੰਨਦੇ, ਜਿਹੜੇ ਪੜ੍ਹੇ ਲਿਖੇ ਲੋਕ ਸੀ ਉਹ ਮੰਨ ਗਏ ਸੀ ਪਾਰਟੀ ਡਿਵਾਈਡੇਸ਼ਨ ਹੋ ਗਈ ਆ ਇੰਡੀਆ ਦੀ ਜੀ ਜੀ, ਅਸੀਂ ਜਾਣਾ ਹੀ ਜਾਣਾ ਉੱਥੇ, ਲੇਕਿਨ ਸਾਡੇ ਸਾਰੇ ਲੋਕ ਨਹੀਂ ਮੰਨੇ। ਯਾਨੀ ਤੁਹਾਨੂੰ ਇਹ ਸੀ ਵੀ
ਥੋੜੀ ਦੇਰ ਵਾਸਤੇ ਜਾਣਾ ਪੈਣਾ ਅੱਗੇ ਪਿੱਛੇ, ਫਿਰ ਇੱਥੇ ਹੀ ਆ ਜਾਣਾ। ਇਹ ਸੁਣਦੇ ਸੁਣਾਉਂਦੇ ਥੋੜੇ ਦਿਨ ਬਾਅਦ ਫਿਰ ਐਸਾ ਹੋਇਆ, ਮੇਰੀ ਵਾਲਦਾ ਮੈਨੂੰ ਅਤੇ ਮੇਰੇ ਭਾਈ ਨੂੰ ਕੋਠੇ 'ਤੇ ਲੜ ਗਈ ਨਾਲ, ਰੋਲੇ ਇੱਟਾਂ ਵੱਟੇ ਹੁੰਦੇ ਹਾਂਜੀ ਤੜਨ ਲੱਗ ਗਏ। ਅੱਛਾ, ਮੈਂ ਆਪਣੀ ਅਸੀਂ ਹੁਣ ਤਾਂ ਅੰਮੀ ਕਹਿੰਦੇ, ਮੈਂ ਉਦੋਂ ਬੀਬੀ ਕਹਿੰਦੇ ਸੀ ਤਾਂ ਵਾਲਦਾ ਆਪਣੀ ਨੂੰ। ਜੀ ਜੀ, ਮੈਂ ਆਪਣੀ ਬੀਬੀ ਨੂੰ ਪੁੱਛਿਆ, ਮੈਂ ਕਿਹਾ ਬੀਬੀ ਆਹ ਕੀ ਕਰਨੇ ਰੋੜੇ ਵੱਟੇ? ਹਾਂਜੀ। ਕਹਿੰਦੀ ਪੁੱਤ ਇੱਥੇ ਨਾ ਚੋਰ ਵਗੈਰਾ ਆਉਣਗੇ। ਅੱਛਾ, ਤਾਂ ਉਹਨਾਂ ਨੇ ਮਾਰਨ ਵਾਸਤੇ ਤਾਂ ਕਿ ਸਾਨੂੰ ਨਾ ਲੁੱਟਣ। ਜੀ ਜੀ। ਅੱਛਾ, ਕੋਠੇ ਤਾਂ ਸਾਡੇ ਨਾਲ ਹੀ ਪਿੰਡ ਸੀ, ਹੁਣ ਮੈਂ ਉਹ ਪਿੰਡ ਸੀ ਰਾਣਿਆਂ ਦਾ, ਰਾਜਪੂਤਾਂ ਦਾ, ਰਾਜਪੂਤਾਂ ਦਾ, ਉੱਥੇ ਅੱਗ ਲੱਗੀ ਸੀ ਪਿੰਡ ਸਾਡੇ, ਮੈਂ ਮਤਲਬ ਆਪਣੀ ਅੱਖਾਂ ਦੇਖੀ। ਅੱਛਾ, ਉਸ ਤੋਂ ਬਾਅਦ ਫਿਰ ਇਹ ਸ਼ੁਰੂ ਹੋ ਗਏ। ਅਸੀਂ ਫਿਰ ਆਪਣਾ ਸਮਾਨ ਉਪੜਾ ਸੁਣ ਦਿੱਤਾ ਸਾਰਾ, ਡੰਗਰ ਬੱਛਾ ਵੀ, ਬਾਕੀ ਜੇਵਰ ਵੀ, ਹਰ ਚੀਜ਼ ਉਹਦੇ ਹਵਾਲੇ ਕਰਤੀ। ਅਸੀਂ ਫਿਰ ਉੱਥੋਂ ਰਾਤ ਨੂੰ ਹਿਜਰਤ ਕੀਤੀ। ਅਸੀਂ ਫਿਰ ਉੱਥੋਂ ਆ ਗਏ ਪੈਲ। ਇੱਕ ਮਿੰਟ ਠਹਿਰਿਓ, ਇਹ 1947 ਅਜੇ ਨਹੀਂ ਸੀ ਆਇਆ, ਉਦੋਂ ਤੁਹਾਡੇ ਪਿੰਡ ਸਿੱਖ ਵੀ ਰਹਿੰਦੇ ਸੀ, ਹਿੰਦੂ ਵੀ, ਮੁਸਲਮਾਨ ਵੀ, ਉਦੋਂ ਆਪਸ ਵਿੱਚ ਤਲਕਾਤ ਕੈਸੇ ਸੀ, ਰਹਿਣ ਸਹਿਣ ਇਹਨਾਂ ਦਾ ਉਦੋਂ ਸੀ? ਉਦੋਂ ਮਤਲਬ ਦੋਸਤਾਨਾ ਸੀ ਹਰ ਚੀਜ਼ ਸੀ, ਲੇਕਿਨ ਨਾਲ ਹੀ ਹਾਲਾਤ ਬਦਲਦੇ ਆ ਨਾ। ਜੀ ਜੀ। ਸਾਡੇ ਨਾਲ ਫਿਰ ਉਹ ਜਿਹੜਾ ਨਾ ਥੋੜ੍ਹਾ ਜਿਹਾ ਬੁਗਲ ਰੱਖਣ ਲੱਗ ਗਏ ਦੁਸ਼ਮਣੀ ਤੌਰ 'ਤੇ। ਅੱਛਾ। ਮਿਸਾਲ ਤੌਰ 'ਤੇ ਅਸੀਂ ਖੇਡਦੇ ਖੇਡਦੇ ਬਾਜ਼ਾਰ ਫਿਰਦੇ ਸੀ। ਜੀ ਜੀ। ਉੱਥੇ ਇੱਕ ਲੁਹਾਰ ਸੀਗਾ। ਜੀ ਜੀ। ਉਹ ਹਿੰਦੂਆਂ ਦੇ ਸਿੱਖਾਂ ਦੇ ਬੱਚੇ ਤਾਂ ਸੋਟੀਆਂ 'ਚ ਛੋਟੇ ਬਰਸ਼ ਨਾ ਬਣਾ ਬਣਾ ਕੇ ਉਹ ਲਾ ਕੇ ਦੇਣ। ਜਦ ਕਿਸੇ ਮੁਸਲਮਾਨ ਦੇ ਬੱਚੇ ਨੇ ਇਨਸਿਸਟ ਕਰਨਾ ਵੀ ਸਾਨੂੰ ਵੀ ਬਣਾ ਦਿਓ, ਹਾਂ ਚੱਲ ਚੱਲ ਦੌੜ। ਅੱਛਾ, ਯਾਨੀ ਸਾਡੇ ਇੰਨਾ ਫਰਕ ਰਹਿਣਾ ਕਿ ਨਹੀਂ? ਉਹਦਾ ਨਾਂ ਕੀ ਸੀ ਲੁਹਾਰ ਦਾ? ਨਹੀਂ ਦਾਖਲ ਨਵੇਂ, ਇਹ ਨਹੀਂ ਮੈਨੂੰ ਇੰਨਾ ਯਾਦ। ਅੱਛਾ। ਸਾਡੇ ਮੇਨ ਬਾਜ਼ਾਰ 'ਚ ਜਦੋਂ ਉੱਥੇ ਪਿੱਪਲ ਵਾਲਾ ਖੂਹ ਸੀਗਾ, ਹਾਂਜੀ, ਉਹਦੇ ਸਾਹਮਣੇ ਦੁਕਾਨ ਸੀਗੀ, ਯਾਨੀ ਉਹਨੂੰ ਬਾਗ ਵਾਲਾ ਖੂਹ ਵੀ ਕਹਿੰਦੇ, ਪਿੱਪਲਾ ਖੂਹ ਵੀ ਕਹਿੰਦੇ ਸੀ। ਅੱਛਾ। ਉੱਥੇ ਨਹੀਂ ਲੱਗਿਆ ਹੁੰਦਾ, ਪਿੰਡਾਂ 'ਚ ਐਂ ਨਹੀਂ ਲੱਗੇ ਹੁੰਦੇ ਉਹ ਜਿਹਨੂੰ ਅੜਾ ਅੜਾ ਖੋਣ ਕਹਿੰਦੇ ਨੇ? ਹਾਂਜੀ ਹਾਂਜੀ। ਬਸ ਉੱਥੋਂ ਫਿਰ ਸਾਨੂੰ ਪਤਾ ਲੱਗ ਗਿਆ ਕਿ ਇਹ ਗੱਲ। ਅੱਛਾ, ਯਾਨੀ ਪਹਿਲਾਂ ਹੀ ਉਹ ਆਪਣਾ ਇੰਤਜ਼ਾਮ ਕਰਨ ਲੱਗ ਪਿਆ ਵੀ ਮੁਸਲਮਾਨਾਂ ਨੂੰ? ਹਾਂ ਬਿਲਕੁਲ, ਮੁਸਲਮਾਨਾਂ ਨੂੰ ਫਿਰ ਉਹ ਜੱਥੇ ਬਣ ਗਿਆ। ਅੱਛਾ। ਉਹਦਾ ਭਗਤ ਰਾਮ ਜਿਹੜਾ ਭਗਤਾ ਭਗਤ ਹੈ ਕਹਿੰਦੇ ਮਾਸਟਰ, ਉਹ ਫਿਰ ਜੱਥੇ ਦਾ ਮੋਹਰੀ ਬਣ ਗਿਆ, ਇੱਕ ਅੱਖੋਂ ਦੀ ਅੱਖ ਵੀ ਕਹਿਰੀ ਸੀ ਉਹਦੀ। ਅੱਛਾ। ਤਾਂ ਉਹ ਫਿਰ ਪਿੰਡਾਂ ਘੋੜਿਆਂ 'ਤੇ ਚੱਕਰ ਮਾਰਨ ਲੱਗ ਗਏ। ਅਸੀਂ ਫਿਰ ਉੱਥੋਂ ਰਾਤ ਨੂੰ ਮਤਲਬ ਆ ਗਏ ਪੈਲ ਸਫ਼ਰ ਕਰਕੇ ਨਾ। ਅੱਛਾ, ਰਾਤ ਨੂੰ ਨਿਕਲੇ, ਪਤਾ ਨਾ ਲੱਗੇ ਕਿ ਰਾਤ ਨੂੰ ਨਿਕਲੇ? ਹਾਂਜੀ। ਅੱਛਾ। ਅੱਗੋਂ ਪੈਲ ਆ ਕੇ ਫਿਰ ਹੋਰ ਵੀ ਸਾਡੇ ਜੀਰੋ ਕਾਰਬਾਰ ਸੀ, ਮਤਲਬ ਮੇਰੇ ਨਾਨਕੇ ਜੀ ਜੀ ਚਕੋਏ ਸੀਗੇ, ਹੋਰ ਵੀ ਸਾਡੇ ਰਿਸ਼ਤੇਦਾਰ ਕਾਫੀ ਸੀ ਪੈਲ 'ਚ। ਹਾਂਜੀ। ਅਸੀਂ ਇਕੱਠੇ ਹੋ ਗਏ ਉੱਥੇ। ਅੱਛਾ। ਉੱਥੇ ਅਸੀਂ ਇੱਕ ਦਿਨ ਪਤੀ ਦੁੱਧ ਸਟੇਅ ਕੀਤਾ। ਅੱਛਾ। ਉੱਥੋਂ ਵੀ ਅਸੀਂ ਫਿਰ ਰਾਤ ਨੂੰ ਨਿਕਲੇ ਕੋਈ 1:30 ਵਜੇ। ਅੱਛਾ, ਆਪਣੇ ਪਿੰਡੋਂ ਜੋ ਤੁਸੀਂ ਨਿਕਲੇ ਜੇ ਉਦੋਂ ਤੁਸੀਂ ਚੋਰੀ ਨਿਕਲੇ ਆ ਗਏ ਨਾ? ਚੋਰੀ ਨਿਕਲੇ ਰਾਤ ਨੂੰ ਨਿਕਲੇ, ਅਫੀ ਤਰ੍ਹਾਂ ਅਸੀਂ ਪੈਲ ਪਹੁੰਚ ਗਏ। ਅੱਛਾ, ਤੁਹਾਡੇ ਪਿੰਡ ਕੋਈ ਨੁਕਸਾਨ ਨਹੀਂ ਹੋਇਆ? ਤੁਹਾਡੇ ਪਿੰਡ 'ਤੇ ਹੋਰ ਵੀ ਕੋਈ ਹਮਲਾ ਸ਼ਮਲਾ ਨਹੀਂ ਹੋਇਆ? ਨਹੀਂ ਨਹੀਂ ਨਹੀਂ। ਅੱਛਾ, ਅਸੀਂ ਬੜੇ ਖੈਰੋ ਅਫੀ ਦੇ ਨਾਲ ਪੈਲ ਪਹੁੰਚ ਗਏ, ਠੀਕ ਹੋ ਗਿਆ। ਰਾਤ ਨੂੰ ਕੋਈ 1:30 ਵਜੇ ਦਾ ਹੋ ਟਾਈਮ ਜਾਂ 2 ਵਜੇ ਦਾ ਲਗਭਗ ਅਪਰੋਕਸੀਮੇਟਲੀ। ਜੀ ਜੀ। ਗੈਰ ਅਸੀਂ ਬਾਕੀ ਹੋਰ ਵੀ ਬਹੁਤ ਸਾਡਾ ਕਾਫਲਾ ਸੀ, ਅਸੀਂ ਪੈਲੋਂ ਬਾਹਰ ਨਿਕਲਣ ਦਾ ਅੱਗੇ ਇੱਕ ਭੱਠਾ ਸੀਗਾ। ਜੀ ਜੀ। ਉਹ ਭੱਠੇ ਤੋਂ ਸਾਡੇ ਬਜ਼ੁਰਗ ਦੌੜ ਕੇ ਜੀ ਜੀ ਆਪਣੇ ਮੁੜੇ ਆਏ, ਦੌੜ ਵੀ ਇੱਥੇ ਕੋਈ ਖਤਰਾ। ਅੱਛਾ। ਬਹਰਹਾਲ ਤੀਸਰੀ ਟਰਨ 'ਤੇ ਅਸੀਂ ਉਹ ਕ੍ਰਾਸ ਕਰ ਲਿਆ ਭੱਠਾ ਜਿਹੜਾ। ਭੱਠਾ ਜਿਹੜਾ। ਅੱਛਾ। ਉੱਥੋਂ ਫਿਰ ਕਾਫਲਾ ਚੱਲ ਕੇ ਬਣ ਕੇ ਚੱਲ ਪਏ ਕਾਫਲਾ। ਜੀ ਜੀ। ਅੱਗੇ ਫਿਰ ਮੋਰ ਵਾਲੀ ਕਲਰ, ਇਹ ਬੜੀ ਮਸ਼ਹੂਰ ਜਗ੍ਹਾ। ਜੀ ਜੀ। ਉੱਥੇ ਵੀ ਸਾਡੇ ਹਮਲਾ ਕੀਤਾ ਨੇ ਸਿੱਖਾਂ ਨੇ, ਉੱਥੇ ਸਾਡਾ ਵੱਢ ਵਟਾਂਗਾ ਬਹੁਤ ਹੋਇਆ, ਬਹੁਤ ਨੁਕਸਾਨ ਹੋਇਆ। ਮੇਰੀ ਅੰਮੀ ਸ਼ਹੀਦ ਹੋਈ, ਮੇਰਾ ਛੋਟਾ ਭਾਈ ਸ਼ਹੀਦ ਹੋਇਆ, ਮੇਰਾ ਦਾਦਾ ਸ਼ਹੀਦ ਹੋਇਆ, ਮੇਰੇ ਚਾਚੇ ਤਾਏ ਸ਼ਹੀਦ ਹੋਏ ਉਹਦੇ ਵਿੱਚ। ਅਤੇ ਉਸ ਤੋਂ ਬਾਅਦ ਫਿਰ ਮੈਂ ਅੱਬੇ ਮੇਰੇ ਨੇ ਮੈਨੂੰ ਚੱਕ ਲਿਆ ਮੋਢੇ 'ਤੇ, ਅੱਛਾ ਤੋਂ ਦੌੜ ਲਏ, ਦੌੜ ਕੇ ਫਿਰ ਕਮਾਦਾ 'ਚ 10 ਦਿਨ ਮੈਂ ਆਪਣੇ ਵਾਲਦ ਦੇ ਨਾਲ ਕਮਾਦ 'ਚ ਰਿਹਾ। ਉੱਤੋਂ ਬਾਰਿਸ਼ ਆਇਆ, ਇੰਨਾ ਸ਼ੁਕਰਾਨਾ ਬਾਰਿਸ਼ਾਂ ਕੀਤੀਆਂ, ਅਤੇ ਉਹਦੇ ਵਿੱਚ ਨਾ
ਸਾਨੂੰ ਕਿਸਾ ਖਤਰਾ ਰਿਹਾ ਜੀ ਜੀ ਅਤੇ 10 ਦਿਨ ਅਸੀਂ ਕਮਾ ਚੱਲਿਆ ਉਸ ਤੋਂ ਬਾਅਦ ਫਿਰ 10ਵੇਂ ਦਿਨ ਦੀ ਈਸ਼ਾ ਵੇਲੇ ਜੀ ਜੀ ਸ਼ਾਮ ਦੀ ਅਜ਼ਾਨ ਹੋਈ ਈਸ਼ਾ ਦੀ ਜੀ ਜੀ ਮੈਂ ਆਪਣੇ ਬਾਈ ਨੂੰ ਕਿਹਾ ਮੈਂ ਕਿਹਾ ਵੀ ਬਾਈ ਅਸੀਂ ਬਾਈ ਕਹਿੰਦੇ ਸੀ ਉਦੋਂ ਜੀ ਜੀ ਮੈਂ ਕਿਹਾ ਬਾਈ ਅਜ਼ਾਨ ਹੋ ਰਹੀ ਹੈ ਹਾਂਜੀ ਕਹਿੰਦਾ ਪੁੱਤ ਇਹ ਸਿੱਖ ਅਜ਼ਾਨ ਦਿੰਦੇ ਹੋਣੇ ਆ ਵੀ ਕੋਈ ਬਾਹਰ ਨਿਕਲਿਆ ਅਸੀਂ ਮਾਰ ਦਈਏ ਹਾਂਜੀ ਤੁਸੀਂ ਸੁਬਾਹ ਸੁਣੀ ਸੁਬਾਹ ਮੇਰੇ ਉਹ ਉੱਥੇ ਬਿਸਤਰ ਵਿਛਿਆ ਜਿੱਥੇ ਅਸੀਂ ਆਰਾਮ ਕਰਨਾ ਸੀਗਾ ਜੀ ਜੀ ਅਸੀਂ ਬੈਠਾ ਮੈਂ ਅਤੇ ਸੁਬਾਹ ਦੀ ਅਜ਼ਾਨ ਫਿਰ ਹੋਈ ਸੁਬਾਹ ਦੇ ਅਜ਼ਾਨ ਮੈਂ ਫਿਰ ਆਪਣੇ ਬਾਲ ਸਾਹਿਬ ਦੱਸਿਆ ਮੈਂ ਇਹਦੀ ਅਜ਼ਾਨ ਹੋ ਰਹੀ ਹੈ ਉਹਨੇ ਵੀ ਸੁਣੀ ਉਹ ਕਹਿੰਦਾ ਚੱਲ ਪੁੱਤ ਅੱਲਾ ਦੇ ਹਵਾਲੇ ਅਸੀਂ ਉੱਥੋਂ ਫਿਰ 11ਵੇਂ ਦਿਨ ਅਰਲੀ ਨਿਕਲ ਗਏ ਨਾਲ ਪਿੰਡ ਸੀਗਾ ਕੁੱਪ ਜਤਵਾਲ ਜੀ ਜੀ ਤਾਂ ਉੱਥੇ ਅਸੀਂ ਇੱਕ ਮਸਜਿਦ ਚਲੇ ਗਏ ਜੀ ਜੀ ਜਦੋਂ ਮਸਜਿਦ ਗਿਆ ਤਾਂ ਉੱਥੇ ਮੈਂ ਉੱਥੇ ਮਸਜਿਦ ਜਾ ਕੇ ਆਪਣੇ ਰੋਟੀ ਮੰਗੀ ਆ ਉਹਦੇ ਛੋਟਾ ਬੱਚਾ ਖੜਾ ਸੀਗਾ ਜੀ ਜੀ ਉਹ ਘਰ ਗਿਆ ਰੋਟੀ ਬਾਸੀ ਦੀ ਰੋਟੀ ਉਹ ਚੱਕ ਲਿਆ ਉਹ ਮੇਰੇ ਤੋਂ ਖਾਣ ਨਾ ਹੋਈ ਲੱਸੀ ਦੀ ਬਾਲਟੀ ਲਿਆ ਲੱਸੀ ਪੀਤੀ ਅਸੀਂ ਜੀ ਜੀ ਉਸ ਤੋਂ ਬਾਅਦ ਫਿਰ ਅਸੀਂ ਆ ਗਏ ਮਲੇਰਕੋਟਲੇ ਅੱਛਾ ਨਹੀਂ ਥੋੜ੍ਹਾ ਜਿਹਾ ਇੱਕ ਮਿੰਟ ਰੁਕਿਓ ਇਹ ਜਿਹੜਾ ਤੁਹਾਡਾ ਕਾਫਲਾ ਸੀ ਇਹ ਕਿੱਡਾ ਕੁ ਵੱਡਾ ਸੀ ਸਾਡਾ ਕਾਫਲਾ ਬਹੁਤ ਬੜਾ ਸੀਗਾ ਅੱਛਾ ਗਿਣਤੀ ਨਹੀਂ ਆਉਣ ਵਾਲਾ ਸੀਗਾ ਅੱਛਾ ਸੌ ਫੀਟ ਜਿਹੜੀ ਨਹਿਰ ਦੱਸਿਆ ਨਾ ਕਿਹੜੀ ਨਹਿਰ ਸੀ ਉਹਦਾ ਨਾਂ ਕੀ ਨਹਿਰ ਦਾ ਮੈਨੂੰ ਨਾਂ ਤਾਂ ਸਾਨੂੰ ਮੇਰੀ ਨਾਂ ਜਿਹੜੀ ਸਾਡੇ ਪਿੰਡ ਕੋਲ ਹੀ ਨਹਿਰ ਜਾਂਦੀ ਹੋ ਸਕਦਾ ਉਹੀ ਜਾਂਦੀ ਹੋਵੇ ਤੁਹਾਡੇ ਪਿੰਡ ਕੋਲ ਜਿਹੜੀ ਨਹਿਰ ਸੀ ਉਹਦਾ ਕੀ ਨਾਂ ਸੀ ਉਹਨੂੰ ਦਰਾਹੇ ਵਾਲੀ ਨਹਿਰ ਕਿਹਾ ਸੀ ਦਰਾਹੇ ਵਾਲੀ ਨਹਿਰ ਅੱਛਾ ਉਹ ਫਿਰ ਸਾਡੇ ਇੱਕ ਮੈਂ ਛੋਟਾ ਰਸਤਾ ਭੁੱਲ ਗਿਆ ਪ੍ਰੈਜ਼ੀਡੈਂਟ ਸੀ ਨਾ ਸਾਡੇ ਰਜਪੂਤਾਂ ਦਾ ਪਿੰਡ ਜੀ ਜੀ ਉਹਨਾਂ ਨੇ ਇਹ ਅਨਾਊਂਸ ਕਰਤਾ ਸੀਗਾ ਪੂਰੇ ਮਸਜਿਦ 'ਚ ਜੀ ਜੀ ਕਿ ਕਿਸੇ ਵੀ ਸਿੱਖ ਦਾ ਜਾਂ ਹਿੰਦੂ ਦਾ ਹੱਥ ਨਹੀਂ ਲਵਾਉਣਾ ਜਾਂ ਦੇ ਦੇਣੀ ਹੈ ਉਹਦੇ ਵਿੱਚ ਸਾਡੀ ਉਹ ਨਹਿਰ ਜਿਹੜੀ ਹੈ ਨਾ ਹਾਂਜੀ ਛਾਲ ਮਾਰ ਕੇ ਨਹਿਰ ਭਰ ਗਈ ਸੀ ਇਹ ਜਵਾਨ ਬੱਚੀਆਂ ਨੇ ਔਰਤਾਂ ਨੇ ਉਹ ਨਹਿਰ ਸਾਡੀ ਖੂਹ ਵੀ ਭਰ ਗਿਆ ਟੋਏ ਵੀ ਭਰ ਗਏ ਲਾਸ਼ਾਂ ਨਾਲ ਯਾਨੀ ਇੰਨੀ ਕਤਰੋ ਗਾਰਤ ਹੋਈ ਆ ਉੱਥੇ ਹਾਂਜੀ ਕੋਈ ਕਿਸਮ ਦਾ ਵਾਲੀ ਬਚਿਆ ਹੁਣ ਮੇਰਾ ਪਿਓ ਵੀ ਲੈ ਕੇ ਕਮਾਂਡ ਬਣ ਗਿਆ ਜੀ ਜੀ ਉਹ ਸਾਡੇ ਨਾਲ ਦੇ ਮਰ ਗਏ ਕਾਫੀ ਸਾਰੇ ਤਾਂ ਸਾਡਾ ਉੱਥੇ ਇੱਕ ਮੈਨੂੰ ਯਾਦ ਆ ਕਿ ਸਾਡੇ ਅਗਲੇ ਪਾਸੇ ਨੇ ਇੱਕ ਸਾਈਕਲ ਵਾਲਾ ਜਾ ਰਿਹਾ ਸੀਗਾ ਜੀ ਜੀ ਉਹ ਸਾਈਕਲ ਦੇ ਪਿੱਛੋਂ ਜੀ ਟਰੰਕ ਰੱਖਿਆ ਸੀ ਹਾਂਜੀ ਮੇਰੇ ਵਾਰਸਾ ਨੇ ਪੁੱਛਿਆ ਵੀ ਇਹਦੇ ਵਿੱਚ ਕੀ ਆ ਕਹਿਣ ਲੱਗੇ ਜੀ ਰਫਲ ਆ ਉਹ ਵਾਲੀ ਰਫਲ ਪੇਚਣ ਵਾਲੀ ਹਾਂਜੀ ਉਹਨੇ ਕਿਹਾ ਯਾਰ ਤੂੰ ਚਲਾ ਇਹਨੂੰ ਜਾਂ ਮੈਨੂੰ ਦੇ ਦੇ ਹਾਂਜੀ ਉਹਨੇ ਜਿਹੜੇ ਸਾਈਕਲ ਸੁੱਟ ਕੇ ਦੌੜ ਗਿਆ ਇਹਨੇ ਸਿੱਖ ਪਿੱਛੋਂ ਆ ਡਰੇ ਸੀਗੇ ਅਗਰ ਉੱਥੋਂ ਅੱਗੋਂ ਇੱਕ ਫਾਇਰ ਵੀ ਹੋ ਜਾਂਦਾ ਹਾਂਜੀ ਤਾਂ ਸਾਡਾ ਜਾਨੀ ਨੁਕਸਾਨ ਸੀ ਹੋਣਾ ਇਹਨਾਂ ਜਿੰਨਾ ਸਾਡਾ ਹੋ ਚੁੱਕਿਆ ਯਾਨੀ ਲਾਸ਼ਾਂ ਦੇ ਉੱਤੇ ਹੀ ਲੋਕ ਟੱਪ ਕੇ ਆਏ ਨੇ ਮੇਰੀ ਛੋਟੀ ਜਿਹੜਾ ਕਾਫਲਾ ਸੀ ਉਹਦੇ ਵਿੱਚ ਕਿੰਨੀ ਕੁ ਦੁਨੀਆ ਮਾਰੀ ਗਈ ਤਕਰੀਬਨ ਤੁਹਾਡਾ ਮੈਂ ਖਿਆਲ ਸ਼ਾਇਦ ਚੌਥਾ ਹਿੱਸੇ ਵੱਲ ਕੇ ਆਏ ਹੋਣੇ ਉੱਥੋਂ ਯਾਨੀ ਹਜ਼ਾਰਾਂ ਦੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਤੁਸੀਂ ਲਾਸ਼ਾਂ ਦੇ ਉੱਤੇ ਨਹੀਂ ਕਹੇ ਅੱਛਾ ਤੁਹਾਡੇ ਕਿੰਨੇ ਜੀ ਸੀ ਜਿਹੜੇ ਉੱਥੇ ਸ਼ਹੀਦ ਹੋਏ ਆ ਸਾਡੇ ਦੇਖੋ ਜੀ ਮੇਰੀ ਵਾਲਦਾ ਮੇਰਾ ਭਾਈ ਸਿੰਘ ਗੋਦੀ ਮੇਰੀ ਵਾਲਦਾ ਦੇ ਦਾਦਾ ਮੇਰਾ ਮੇਰੇ ਹੋਰ ਚਾਚੇ ਤਾਏ ਉਹਨਾਂ ਵਿੱਚੋਂ ਸਰ ਮੇਰੇ ਯਾਨੀ ਮੇਰੇ ਦਾਦੇ ਦੇ ਸਕੇ ਭਾਈ ਦੀ ਔਲਾਦ ਸੀ ਉਹਨੂੰ ਮੈਂ ਗਿਣਦਾ ਜੀ ਜੀ ਹੋਰ ਵੀ ਸਾਡੇ ਬਿਲਕੁਲ ਉਹਨਾਂ ਦਾ ਸਫਾਈ ਹੋ ਗਿਆ ਨਾ ਇੱਕ ਬੱਚਾ ਵੀ ਬਚ ਗਿਆ ਉਹਨਾਂ ਵਿੱਚੋਂ ਜਿਹੜੇ ਤੁਹਾਡੇ ਦਾਦੇ ਦੇ ਸਕੇ ਭਰਾ ਦੀ ਔਲਾਦ ਸੀ ਉਹਨਾਂ 'ਚ ਕੋਈ ਨਹੀਂ ਬਚਿਆ ਨਹੀਂ ਕੋਈ ਬੱਚਾ ਨਹੀਂ ਬਚ ਗਿਆ ਆ ਅੱਛਾ ਇੱਕ ਹੋਰ ਭਾਈ ਦੀ ਔਲਾਦ ਸੀ ਉਦੋਂ ਸਰ ਇੱਕ ਮੇਰਾ ਤਾਇਆ ਸੀਗਾ ਉਹਦਾ ਇੱਕ ਭਤੀਜਾ ਉਸ ਦੋ ਬਚ ਕੇ ਆਇਆ ਸੀ ਬਾਕੀ ਸਭ ਕਤਲ ਹੋ ਗਏ ਸੀਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਥੋੜ੍ਹਾ ਜੀ ਮੈਂ ਤਾਂ ਲਾਸ਼ੇ ਦੇ ਉੱਤੇ ਨਹੀਂ ਕਿਹਾ ਆ ਅੱਜ ਵੀ ਜਾਓ ਨਾ ਉੱਥੇ ਉੱਥੋਂ ਦਹਿਸ਼ਤ ਬੜੀ ਮਤਲਬ ਖੌਫ ਆਉਂਦਾ ਉੱਥੋਂ ਉਹ ਵਕਤ ਨੂੰ ਯਾਦ ਕਰਕੇ ਖੌਫ ਹਾਂ ਜੀ ਹੋਇਆ ਹੈ ਵੀ ਉੱਥੇ ਅਸੀਂ ਸਟੇਅ ਕਰ ਲਿਆ ਮੁਰਲੇ ਕਿਲੇ ਕੋਲ ਜੀ ਜੀ ਨਹਿਰ 'ਤੇ ਬਹਿ ਗਏ ਉੱਥੇ ਹੁੱਕੇ ਧਰਨ ਲੱਗ ਗਏ ਪੱਗਾਂ ਪਾ ਪੜ ਕੇ ਪਿੱਛੋਂ ਸਿੱਖਾਂ ਨੇ ਫਿਰ ਹਮਲਾ ਕਰਤਾ ਅੱਛਾ ਯਾਨੀ ਪਿੰਡ ਦੇ ਵਿੱਚ ਤੁਹਾਡੇ 'ਤੇ ਹਮਲਾ ਨਹੀਂ ਹੋਇਆ ਪਿੰਡ ਦਾ ਕੋਈ ਹਮਲਾ ਨਹੀਂ ਹੋਇਆ ਉੱਥੇ ਜਾ ਕੇ ਹੋਇਆ ਪਿੰਡ 'ਤੇ ਸਾਨੂੰ ਉਹਨੇ ਬਹੁਤ ਹਮਦਰਦੀ ਕੀਤੀ ਹੈ
ਉਹ ਜਿਹੜੇ ਸਾਡੇ ਸਾਹਮਣੇ ਰਹਿੰਦੇ ਸੀ ਨਾ, ਹਾਂਜੀ, ਉੱਥੇ ਮੇਰੇ ਬਾਪ ਨੇ ਔਰ ਮੇਰੇ ਚਾਚਾ ਨੇ ਪਨਾਹ ਲਈ। ਬਕਾਇਦਾ ਉਹਨਾਂ ਦੀ ਜਵਾਨ ਭੈਣ ਨੇ ਜੀ ਜੀ ਬਕਾਇਦਾ ਚੌਕੀਦਾਰ ਕੀਤਾ ਸਾਡੇ ਬਾਪ ਅਤੇ ਮੇਰੇ ਚਾਚੇ 'ਤੇ। ਸਾਨੂੰ ਕਿਤੇ ਹੋਰ ਕਿਸੇ ਅੰਦਰ ਛੁਪਾ ਤਾ ਸੀ ਉਹਨਾਂ ਨੇ। ਅੱਛਾ, ਫਿਰ ਰਾਤ ਨੂੰ ਸਾਨੂੰ ਉੱਥੇ ਕੱਢਿਆ ਉਹਨਾਂ ਨੇ। ਉਹ ਕਿਹਨਾਂ ਸਾਨੂੰ ਕੋਈ ਅਟੈਕ ਨਹੀਂ ਹੋਇਆ? ਕਿਹਨਾਂ ਦੇ ਘਰ ਪਨਾਹ ਲਈ ਸੀ ਉਹਨਾਂ ਦੇ? ਉਹ ਸੀਗਾ ਸਾਡੇ ਸਾਹਮਣੇ ਤੋਂ ਸੀ, ਮੋਰਾ ਵਾਲਾ ਮਕਾਨ ਸੀਗਾ, ਨੱਥੂ ਨਾਂ ਸੀ ਉਹਦੇ। ਅੱਛਾ ਅੱਛਾ, ਅਤੇ ਜਿਹੜਾ ਤੁਸੀਂ ਸਮਾਨ ਰੱਖਿਆ ਸੀ ਤੁਸੀਂ ਦੱਸ? ਉਹਨਾਂ ਦੀ ਰੱਖਿਆ, ਉਹਨਾਂ ਨੇ ਰੱਖਿਆ। ਅੱਛਾ, ਨੱਥੂ ਕਿਆਂ ਦੇ ਹਵਾਲੇ ਕੀਤਾ ਵੀ ਅਸੀਂ ਆ ਜਾਣਾ ਥੋੜ੍ਹੇ ਚਿਰ ਬਾਅਦ, ਫਿਰ ਲੈ ਲਾਂਗੇ। ਬਿਲਕੁਲ, ਉਹ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਨਹੀਂ, ਉਹ ਸਾਡੀ ਫਿਰ ਤੰਗ ਦਸਤੀ ਸਾਤਾ, ਕੋਈ ਕਿਹੜਾ ਕੋਈ ਇਨਕਮ ਸੀ ਜਿਹੜਾ ਪੈਸਾ ਲੈ ਕੇ ਦੌੜੇ ਅਸੀਂ। ਹਾਂਜੀ, ਉਹ ਇੱਕ ਮਾਸਟਰ ਆਇਆ, ਕਹਿੰਦਾ ਜੀ ਮੈਂ ਤੁਹਾਨੂੰ ਤੁਹਾਡੇ 40 ਰੁਪਏ ਦੇਣੇ ਆ, ਤਾਂ ਆ ਕੇ ਨਾ ਬਾਰਡਰ 'ਤੇ ਲੈ ਜਾਓ। ਅੱਛਾ, ਅਸੀਂ ਕੀ ਕਰਨਾ 40 ਰੁਪਏ ਬਾਰਡਰ ਹੋਰ ਤੂੰ ਮੁੱਥ ਮਾਰ ਹੀ ਦੇਵੇਂ ਗਏ ਨੂੰ। ਹਾਂਜੀ, ਅਸੀਂ ਫਿਰ ਡਰ ਦੇਣਾ ਗਏ ਉੱਥੋਂ। ਫਿਰ ਅਸੀਂ ਮਿਲੇ ਕੋਲ ਲਿਆ ਕੇ, ਉੱਥੇ ਮੇਰੀ ਮਾਂ ਦੇ ਨਾਨਕੇ ਸੀਗੇ, ਅਸੀਂ ਉਹਨਾਂ ਕੋਲੋਂ ਅੱਛਾ ਬਣਾ ਲਈ। ਅੱਛਾ, ਉੱਥੋਂ ਫਿਰ ਉਹ ਜਿਹੜਾ ਤੁਹਾਡੇ ਵਾਲਦਾ ਦੇ ਨਾਨਕੇ ਸੀ, ਉਹ ਕਿਹੜੇ ਪਿੰਡ 'ਚ ਸੀ? ਉਹ ਮਿਲੇ ਕੋਲ ਸ਼ਹਿਰ ਦੇ ਵਿੱਚ। ਸ਼ਹਿਰ ਦੇ ਵਿੱਚ? ਅੱਛਾ ਅੱਛਾ, ਸਾਡੇ ਨਾਨਕੇ ਨਾਲ ਪਿੰਡ ਸੀਗਾ, ਮੇਰੇ ਕੋਲ ਨਾਲ ਚਕੋਹੀ। ਅੱਛਾ ਅੱਛਾ, ਕਹਿੰਦੇ ਉਹ ਕੋਈ ਪੈਰ ਤੋਂ 1.5-2 ਮਿੰਟ ਅੱਗੇ ਸੀਗੇ। ਇੱਕ ਮਿੰਟ ਹੈ। ਅੱਛਾ, ਤੁਸੀਂ ਉਹ ਦੱਸ ਰਹੇ ਸੀ ਕਿਹੜੀ ਜਗ੍ਹਾ 'ਤੇ ਸੀ ਜਿਹੜੀ ਜਗ੍ਹਾ ਅਟੈਕ ਹੋਇਆ? ਉਹ ਮੋਰਾਲੀ ਕਲਰ। ਮੋਰਾਲੀ? ਮੋਰਾਲੀ ਕਲਰ ਉਹਦਾ ਨਾਂ ਹੀ ਕਲਰ, ਮੋਰਾਲੀ ਕਲਰ ਦਾ ਨਾਂ ਹੀ ਹੁੰਦਾ। ਯਾਨੀ ਕੋਈ ਜਿਵੇਂ ਗਰਾਊਂਡ ਹੁੰਦਾ ਜਾਂ ਵੱਡੀ ਖੁੱਲ੍ਹੀ ਜਗ੍ਹਾ ਹੁੰਦੀ ਕਲਰ ਵਾਲੀ, ਉਹ ਜਗ੍ਹਾ ਸੀ ਉੱਥੇ ਤੁਹਾਡੇ 'ਤੇ ਅਟੈਕ ਹੋਇਆ, ਜਿਹਦੇ ਵਿੱਚ ਤੁਹਾਡੀ ਵਾਲਦਾ ਅਤੇ ਮੇਰਾ ਭਾਈ, ਤੁਹਾਡਾ ਦਾਦਾ, ਬਾਕੀ ਨਾਨਾ ਵੀ, ਮੇਰੇ ਦਾਦਾ ਔਰ ਨਾਨਾ ਦੋਨੇ ਇਕੱਠੇ ਖੜ੍ਹੇ ਸ਼ਹੀਦ ਕੀਤੇ ਨੇ, ਲੋਕ ਦੱਸਦੇ ਨੇ, ਦੇਖਿਆ। ਨਾਜ਼ਰੀਨ, ਤੁਹਾਨੂੰ ਥੋੜ੍ਹਾ ਜਿਹਾ ਦੱਸਦੇ ਚੱਲੀਏ ਕਿ ਅੱਜ ਤੋਂ ਕੁਛ ਅਰਸਾ ਪਹਿਲੇ ਅਸੀਂ ਇੱਕ ਇੰਟਰਵਿਊ ਕੀਤਾ ਸੀ ਬਾਬਾ ਜੀ ਅਬਦੁਲ ਲਤੀਫ ਸਾਹਿਬ ਦਾ, ਜਿਹੜੇ ਪੈਲ ਨਾਲ ਬਿਲੋਂਗ ਕਰਦੇ ਸੀ ਔਰ ਉਹ ਇਕੱਲੇ ਹੀ ਬਚੇ ਸੀ, ਬਾਕੀ ਸਾਰੀ ਫੈਮਿਲੀ ਉਹਨਾਂ ਦੀ ਸ਼ਹੀਦ ਹੋ ਗਈ ਸੀ। ਅਤੇ ਤੁਹਾਨੂੰ ਇਹ ਗੱਲ ਦੱਸਦੇ ਚੱਲੀਏ ਕਿ ਉਹ ਇਸੇ ਹੀ ਕਾਫਲੇ ਦੇ ਵਿੱਚ ਉਹਨਾਂ ਦੀ ਫੈਮਿਲੀ ਵੀ ਸ਼ਹੀਦ ਹੋਈ ਸੀ, ਜਿਸ ਕਾਫਲੇ 'ਚ ਇਹਨਾਂ ਬਜ਼ੁਰਗਾਂ ਦੀ ਫੈਮਿਲੀ ਦੇ ਮੈਂਬਰਸ ਸ਼ਹੀਦ ਹੋਏ ਆ। ਅੱਛਾ, ਤੁਹਾਡੀ ਵਾਲਦਾ, ਤੁਹਾਡਾ ਭਾਈ ਭੱਟ, ਭਾਈ ਛੋਟਾ, ਹੋਰ ਦਾਦਾ ਮੇਰਾ, ਨਾਨਾ ਜੀ, ਆ ਹੋਰ ਮੇਰੇ ਜਿਹੜੇ ਸੀ ਨਾ ਚਾਚੇ ਤਾਏ ਜੀ, ਆ ਉਹ ਵੀ ਉੱਥੇ ਸ਼ਹੀਦ ਹੋਏ, ਉਹ ਵੀ ਉੱਥੇ ਸ਼ਹੀਦ ਹੋਏ। ਤੁਸੀਂ ਫਿਰ ਕਮਾ, ਤੁਹਾਡੇ ਵਾਲਦ ਸਾਹਿਬ ਨੇ ਤੁਹਾਨੂੰ ਵੱਡਿਆਂ ਦੇ ਚੁੱਕ ਲਿਆ ਅਤੇ ਕਮਾ 'ਚ ਜਾ ਕੇ ਲੋਕ ਗਏ ਬਣਾ ਲਏ ਕਮਾ, ਅਤੇ 10 ਦਿਨ ਤੁਸੀਂ ਕਮਾ 'ਚ ਬਣਾ ਲਏ? ਹਾਂਜੀ, 10 ਦਿਨ ਮੈਂ ਕਮਾ 'ਚ ਬੈਠਣਾ, ਉੱਤੋਂ ਬਾਰਿਸ਼ ਪੈਂਦੀ ਸੀ, ਥੱਲੇ ਵੀ ਗਿੱਲਾ ਜੀ, ਆ ਬਾਹਰ ਲੋਕਾਂ, ਮੇਰੇ ਵਾਲਦ ਸਾਹਿਬ ਨੇ ਮੈਨੂੰ ਰਾਤ ਨੂੰ ਅਕੇਲਿਆਂ ਛੱਡ ਕੇ ਨਾ ਨਾਲ ਪਰੇ ਹੋ ਕੇ ਬਹਿ ਜਾਣਾ ਜੀ ਜੀ, ਸਿਰਫ ਇਹ ਖੌਫ ਨਾ ਵੀ ਕੋਈ ਆਏਗਾ ਮੈਨੂੰ ਲਹਿਦਾ ਮਾਰ ਦੇਗਾ, ਇਹਨੂੰ ਲਹਿਦਾ ਮਾਰ ਦੇਗਾ, ਅਸੀਂ ਤੂੰ ਦੇਖਾਂਗੇ ਨਹੀਂ। ਔਰ ਮੈਂ ਇਸ ਗੱਲ ਦੀ ਵੀ ਮੈਂ ਆਪਣੇ ਵਾਲਦ ਨੂੰ ਕਦੇ ਰਾਤ ਨੂੰ ਆਵਾਜ਼ ਨਹੀਂ ਸੀ ਮਾਰੀ ਵੀ ਅੱਬਾ ਜੀ ਮੈਨੂੰ ਡਰ ਲੱਗਦਾ ਜਾਂ ਬਾਈ ਮੈਨੂੰ ਡਰ ਲੱਗਦਾ, ਯਾਨੀ ਉਹ ਤੁਹਾਡੇ ਤੋਂ ਅਲਹਿਦਾ ਬੈਠ ਜਾਂਦੇ ਸੀ ਤਾਂ ਕਿ ਮੈਂ ਉਹਨਾਂ ਨੂੰ ਸ਼ਹੀਦ ਹੁੰਦਿਆਂ ਜਾਂ ਅਗਰ ਇਹਨਾਂ 'ਤੇ ਕੋਈ ਅਟੈਕ ਕਰਦਾ ਮੇਰੀ ਅੱਖਾਂ ਦੇ ਸਾਹਮਣੇ, ਅੱਖਾਂ ਸਾਹਮਣੇ, ਬਿਲਕੁਲ। ਕੈਸਾ ਵਕਤ ਹੋਏਗਾ ਨਾਜ਼ਰੀਨ, ਵੇਖੋ ਨਾ ਬਜ਼ੁਰਗਾਂ ਨਾਲ ਕਿੰਨੀਆਂ ਜ਼ਿਆਦਤੀਆਂ ਹੋਈਆਂ, ਕਿੰਨੇ ਜ਼ੁਲਮ ਹੋਏ ਪਾਕਿਸਤਾਨ ਬਣਾਉਣ ਵਾਸਤੇ, ਇਹਨਾਂ ਨੂੰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ। ਮੈਂ ਉਹੀ ਹੁਣ ਅੱਜ ਕੁਛ ਬੰਦੇ ਕਹਿੰਦੇ ਅਸੀਂ ਕੁਰਬਾਨੀ ਦਿੱਤੀ ਪਾਕਿਸਤਾਨ ਵਾਸਤੇ ਜੀ ਜੀ, ਮੈਂ ਕਹਿੰਦਾ ਕੁਰਬਾਨੀਆਂ ਨਹੀਂ ਦਿੱਤੀਆਂ ਤਾਂ ਕੋਈ ਪੁੱਛਿਆ ਨਹੀਂ ਕਿਸੇ ਨੇ, ਸਾਨੂੰ ਤਾਂ ਈਵਨ ਇੱਕ ਗਲਾਸ ਤੱਕ ਨਹੀਂ ਮਿਲਿਆ ਪਾਕਿਸਤਾਨ ਆ ਕੇ, ਜੇ ਅਸੀਂ ਪਾਣੀ ਪੀਣ ਵਾਸਤੇ ਕੋਈ ਸਾਨੂੰ ਗਲਾਸ ਸੀ ਡੋਨੇਟ ਕਰ ਦੇਵੇ ਜਾਂ ਕੋਈ ਜਾਂ ਪਾਣੀ ਪਾਣੀ ਪਹਿਲੀ ਕੋਈ ਜੀ, ਉਹ ਜਿਹਨਾਂ ਲੋਕਾਂ ਨੂੰ ਹਰ ਸ਼ਹਿਰ ਦਿੱਤੀ ਪ੍ਰੋਵਾਈਡ ਕੀਤੀ ਜੀ, ਉਹ ਕਹਿੰਦੇ ਅਸੀਂ ਮਾਲਕੀ ਪਾਕਿਸਤਾਨ ਦੇ ਅਸੀਂ ਆ, ਔਰ ਅਸੀਂ ਕੁਰਬਾਨੀ ਸਾਡੀ ਨਹੀਂ ਕੌਣ ਦੇ ਸਕਦਾ ਜੀ। ਔਰ ਤੁਹਾਡੀ ਫੈਮਿਲੀ ਦੂਸਰਾ ਜਿਹੜਾ ਤੁਹਾਡੇ ਤਾਇਆ ਜੀ ਦੇ ਸਾਰੇ ਫੈਮਿਲੀ ਸ਼ਹੀਦ ਹੋ ਤਾਇਆ ਜੀ, ਬਿਲਕੁਲ ਉਹਦੀ ਸਾਰੀ ਫੈਮਿਲੀ ਸ਼ਹੀਦ, ਸਾਰੀ ਫੈਮਿਲੀ ਸ਼ਹੀਦ ਹੋ ਗਈ ਜੀ, ਉਸੇ ਜਗ੍ਹਾ ਤੇ ਇਕੱਲੇ ਬਚ ਕੇ ਆਇਆ ਸੀ, ਉਹ ਵੀ ਸਾਡੇ ਬਹੁਤ ਇੱਕ ਇੱਥੇ ਮੇਰੀ ਉਸੇ ਸ਼ਿਕਰ ਫੁੱਕੀ ਜਿਹੜੇ ਉਹ ਹਮਲਾ ਕਰਨ ਆਉਂਦੇ ਸੀ, ਹਾਂਜੀ, ਉਹਨਾਂ ਦੇ ਬਾਰੇ ਕੀ ਜਾਣਦੇ, ਕੋਈ ਕੌਣ ਸੀ ਜਾਂ ਕਿਹੜੇ ਪਿੰਡ ਦੇ ਸੀ ਉਹ ਦੱਸੋ? ਉਹ ਇਸ ਤਰ੍ਹਾਂ ਉਹਨਾਂ ਨੇ ਤਰਤੀਬ ਦਿੱਤਾ ਸੀਗਾ
ਸਾਡੇ ਪਿੰਡ ਦਾ ਜੱਥਾ ਨਾ ਜੀ ਹਾਂ ਜੀ ਉਹਨੇ ਕਿਸੇ ਹੋਰ ਪਿੰਡ 'ਤੇ ਅਟੈਕ ਕਰਨਾ, ਹੋਰ ਪਿੰਡ ਵਾਲਿਆਂ ਨੇ ਸਾਡੇ 'ਤੇ ਅਟੈਕ ਕਰਨਾ। ਯਾਨੀ ਕਿ ਤੁਹਾਡੇ ਪਿੰਡ ਵਾਲੇ ਤੁਹਾਡੇ 'ਤੇ ਅਟੈਕ ਨਹੀਂ ਸੀ ਕਰਦੇ? ਨਹੀਂ ਨਹੀਂ ਨਹੀਂ, ਬਾਹਰੋਂ ਆਣ ਕੇ ਕਰਦੇ ਸੀ, ਬਾਹਰੋਂ ਆ ਕੇ ਉਹਨੇ ਤੁਹਾਡੇ ਪਿੰਡ ਵਾਲੇ ਬਾਹਰ ਜਾ ਕੇ ਕਰਦੇ। ਸਿੱਖਾਂ ਨੇ ਤਰਤੀਬ ਵੀ ਅਸੀਂ ਦਿੱਤੀ ਸੀ ਇਹਨੂੰ ਜੀ ਹਾਂ ਕਿ ਇੱਥੇ ਇੱਕ ਦੂਜੇ ਜਾਣਾ ਬੁੱਝਾਂਗੇ ਜੀ ਹਾਂ, ਤਾਂ ਕਿ ਤੁਸੀਂ ਨਾਲ ਦੇ ਪਿੰਡ ਦੋ, ਅਸੀਂ ਨਾਲ ਦੇ ਪਿੰਡ ਸਾਡੇ ਪਿੰਡ 'ਤੇ, ਤਾਂ ਕਿ ਸਾਨੂੰ ਐਸਾ ਕੋਈ ਲੁੱਟਵਾ ਅਤੇ ਉੱਥੋਂ ਫਿਰ ਅੱਗੇ ਦੱਸੋ ਵੀ ਅੱਗੋਂ ਤੁਸੀਂ ਕਿਵੇਂ? ਅਸੀਂ ਫਿਰ 11ਵੇਂ ਦਿਨ ਤੁਸੀਂ ਉਹ ਮਸਜਿਦ 'ਚ 11ਵੇਂ ਮਸਜਿਦ ਗਏ, ਉੱਥੇ ਲੈ ਕੇ ਫਿਰ ਮੈਂ ਰੋਟੀ ਅਤੇ ਮੰਗੀ। ਹਾਂਜੀ, ਉਹ ਰੋਟੀ ਮੈਂ ਤਾਂ ਖਾਏ ਨੂੰ ਕਿਉਂ ਦੱਸਣ ਗਿਆ, ਅੰਦਰ ਗਿਆ ਕੁਛ ਨਹੀਂ ਸੀਗਾ ਜੀ। ਇਹ ਅੱਲਾਹ ਦਾ ਬੜਾ ਕਰਮ ਆ ਵੀ ਸਾਡੇ ਘਰ 3 ਕੁਰਾਨ ਪਾਕ ਡੇਲੀ ਖੁੱਲ੍ਹਦੇ ਸੀ, ਦਾਦਾ ਮੇਰਾ 5ਵਾਂ ਦਿਨ ਨਮਾਜ਼ੀ ਸੀ ਜੀ। ਉਹ ਆਹੀ ਵਜ੍ਹਾ ਸੀਗੀ ਕਿ ਮੈਂ ਆਰਾਮ ਸੁਣੀ, ਸਾਨੂੰ ਇਹ ਪਤਾ ਸੀਗਾ ਵੀ ਅਸੀਂ ਮੁਸਲਮਾਨ ਹਾਂ ਜੀ ਹਾਂ ਜੀ ਹਾਂ। ਉਹ ਮਨਸੀ ਚਲਾ ਗਿਆ ਉੱਥੋਂ, ਫਿਰ ਇੱਕ ਨਾਲ ਸਾਡੇ ਬੰਦਾ ਹੋ ਗਿਆ ਜੀ ਹਾਂ, ਅਸੀਂ ਫਿਰ ਮਲੇਰ ਕੋਲ ਪਹੁੰਚ ਗਏ। ਅੱਛਾ, ਉੱਥੇ ਫਿਰ ਜਾ ਕੇ ਮੈਂ ਬਿਮਾਰ ਹੋ ਗਿਆ, ਆਪਣੀ ਟਾਈਫਾਇਡ ਹੋ ਜਾਏ ਕੀ ਹੋਇਆ ਮੈਨੂੰ ਵਾਈਟ ਬਾਊਟ। ਅੱਛਾ, ਫਿਰ ਪਾਕਿਸਤਾਨ ਚੱਲ ਪਏ ਪੈਦਲ। ਕਿੰਨਾ ਚਿਰ ਮਲੇਰ ਕੋਟਲੇ ਰਹੇ? ਅਸੀਂ ਉੱਥੇ ਤਕਰੀਬਨ ਕੋਈ 10-15 ਦਿਨ। ਅੱਛਾ, ਉੱਥੋਂ ਫਿਰ ਤੁਸੀਂ ਪਾਕਿਸਤਾਨ ਕਾਫਲਾ ਪੈਦਲ ਹੀ? ਪੈਦਲ ਹੀ। ਅੱਛਾ, ਜਿਹੜੇ ਤੁਹਾਡੇ ਉੱਥੇ ਰਿਸ਼ਤੇਦਾਰ ਸੀ ਤੁਸੀਂ ਉਹਨਾਂ ਕੋਲ ਗਏ ਸੀ? ਹਾਂਜੀ ਹਾਂਜੀ। ਅਤੇ ਫਿਰ ਤੁਸੀਂ 10 ਦਿਨ ਰਹਿ ਕੇ ਪਾਕਿਸਤਾਨ ਵੱਲ ਨੂੰ ਚੱਲ? ਜਿੰਨੀ ਵੀ ਦੇਰ ਰਹੇ ਉੱਥੇ, ਕਿਉਂਕਿ ਉੱਥੇ ਇਕੱਠੀ ਬਹੁਤ ਹੋ ਗਿਆ ਸੀਗਾ, ਮੇਰੇ ਨਾਨਕੇ ਵੀ ਆ ਗਏ ਉੱਥੇ ਹੀ, ਅਸੀਂ ਵੀ ਚਲੇ ਗਏ, ਹੋਰ ਜੀਰੋ ਕਾਰਨ ਉੱਥੇ ਹੁਣ ਇੱਕ ਘਰ ਦੇ ਵਿੱਚ ਕਿੰਨੇ ਕੁ ਬੰਦੇ ਸਮਾ ਸਕਦੇ ਨੇ ਜੀ। ਹਾਂਜੀ ਹਾਂ। ਫਿਰ ਉੱਥੋਂ ਕਾਫਲੇ ਦਾ ਬਲਕਿ ਉਸ ਵੇਲੇ ਜਿਹੜਾ ਨਵਾਬ ਸੀ ਨਾ ਮਲੇਰਕੋਟਲੇ ਦਾ ਜੀ ਜੀ, ਉਹਨੇ ਉੱਤੇ ਕਾਫਲਾ ਦੇਖ ਕੇ ਨਾ, ਕਾਫਲੇ ਕੈਂਪ ਪਬਲਿਕ ਨੂੰ ਦੇਖ ਕੇ, ਹਾਂਜੀ ਹਾਂਜੀ, ਉਹਨੂੰ ਅਟੈਕ ਹੋ ਗਿਆ ਸੀਗਾ ਇਸ ਸਦਮੇ ਨਾਲ, ਮੈਂ ਨਹੀਂ ਪਬਲਿਕ ਨੂੰ ਕਿੱਦਾਂ ਸੰਭਾਲਾਂਗਾ ਜੀ। ਹਾਂ, ਇੱਕ ਉਹਨੇ ਜ਼ਰੂਰ ਫਾਇਦਾ ਕੀਤਾ ਮੁਸਲਮਾਨ ਦਾ ਕਿ ਮੇਰੇ ਇਲਾਕੇ 'ਚ ਕੋਈ ਸਿੱਖ ਜਾਂ ਹਿੰਦੂ ਕਤਲ ਨਹੀਂ ਕਰ ਸਕਦਾ। ਅੱਗੇ ਨੇ ਮੈਨੂੰ ਪਤਾ ਕਿਸੇ ਮੁਸਲਮਾਨ ਨੂੰ ਸ਼ਹੀਦ ਕੀਤਾ ਤਾਂ ਮੈਂ ਉਹਨੂੰ ਛੱਡਾਂਗਾ ਨਹੀਂ, ਪਰ ਉਹਦਾ ਬਦਲਾ ਲਊਂਗਾ ਮੈਂ। ਚੱਲ ਉਹ ਸਾਨੂੰ ਇਹ ਮਹਿਫੂਜ਼ ਜਗ੍ਹਾ ਸੇਫ ਮਿਲ ਗਈ, ਸਾਡੇ ਉੱਥੇ ਕਿਸੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਸਹੀ, ਨੁਕਸਾਨ ਤੁਹਾਡਾ ਉੱਥੇ ਪਿੱਛੇ ਹੀ ਹੋਇਆ? ਪਿੱਛੇ ਹੋਇਆ ਜੋ ਹੈ ਪਿੱਛੇ ਦੇ ਤਾਂ। ਅੱਛਾ, ਉਹ ਕਾਫਲੇ ਚੱਲ ਪਏ ਫਿਰ? ਅੱਛਾ, ਪੈਦਲ ਹੀ ਚੱਲਿਆ? ਪੈਦਲ ਪੈਦਲ ਕਾਫਲਾ। ਅੱਛਾ, ਸਾਡੇ ਨਾ ਮੈਂ ਕਿਹਾ 1 ਜਾਂ 2 ਟੈਂਕ ਸੀਗੇ ਜੀ ਜੀ, ਇਹਨੂੰ ਧਰਤੀ ਪੱਟ ਕਹਿੰਦੇ ਸੀਗੇ। ਅੱਛਾ, ਬਾਕੀ ਸੀ ਫੌਜ ਦੇ? ਫੌਜ ਦੇ। ਅੱਛਾ, ਡੋਗਰਾ ਆਰਮੀ, ਉਹ ਤੁਹਾਡੀ ਹਿਫਾਜ਼ਤ ਵਾਸਤੇ ਉੱਥੋਂ? ਹਿਫਾਜ਼ਤ ਵਾਸਤੇ। ਠੀਕ ਆ। ਉਹ ਇੱਕ ਟੈਂਕ ਨੇ ਚੜ੍ਹਨਾ, ਇੱਕ ਨੇ ਲੈਣਾ, ਅਸੀਂ ਸਾਈਡ 'ਤੇ ਤੁਰੇ ਜਾਣਾ। ਹਰ 6 ਮੀਲ ਬਾਅਦ 5 ਮੀਲ ਬਾਅਦ ਸਾਡਾ ਕੈਂਪ ਲੱਗਦਾ ਹੁੰਦਾ ਸੀਗਾ, ਪੜਾਓ ਹੁੰਦਾ ਸੀ, ਪੜਾਓ ਪੜਾਓ ਜੀ ਜੀ, ਉੱਥੇ ਫਿਰ ਰੋਟੀ ਪਕਾ ਖਾਣੀ। ਅੱਛਾ, ਅਤੇ ਕਿੰਨੇ ਦਿਨਾਂ 'ਚ ਉੱਥੋਂ ਫਿਰ ਤੁਸੀਂ ਪਾਕਿਸਤਾਨ ਪਹੁੰਚੇ? ਇਹ ਸਾਡਾ ਪਹਿਲਾ ਜਿਹੜਾ ਨਾ ਪੜਾਓ ਫਿਰ ਆ ਕੇ ਲਾਹੌਰ ਲੱਗਿਆ ਜੀ ਜੀ। ਇਹ ਨਹੀਂ ਮੈਨੂੰ ਯਾਦ ਕਿ ਕਿੰਨੇ ਦਿਨ ਲੱਗੇ, ਕਿਉਂਕਿ ਇਸਦਾ ਕੀ ਪਤਾ ਵੀ ਅਸੀਂ ਕਿੱਥੇ ਜਾ ਰਹੇ ਹਾਂ। ਇਹ ਜ਼ਰੂਰ ਪਤਾ ਵੀ ਕਸੂਰ ਆਇਆ ਰਸਤੇ 'ਚ ਆਏ ਸਾਡੇ, ਕਸੂਰ ਉਹ ਸੀ 5 ਰੁਪਏ ਦਾ ਸੇਰ ਆਟਾ ਲਿਆ ਜਿਹੜਾ ਖਰਾਬ ਸੀਗਾ, ਉਹ ਵੀ ਖਾਧਾ ਸੀ, ਕਿਉਂਕਿ ਪੈਸੇ ਦਾ ਬੜੀ ਮੁਸ਼ਕਿਲ ਲੱਭਦੇ ਸੀ ਨਾ ਜੀ ਜੀ, ਆਟਾ ਗਮੇ ਅਸੀਂ ਪਤਾ ਨਹੀਂ ਕੀ ਸੀ, ਬਾਹਰੋਂ ਖਾਧਾ ਸੀ। ਅੱਛਾ, ਅਤੇ ਜਿਹੜੇ ਤੁਹਾਡੇ ਰਿਸ਼ਤੇਦਾਰ ਸੀ ਮਲੇਰਕੋਟਲੇ, ਉਹ ਵੀ ਤੁਹਾਡੇ ਨਾਲ ਹੀ ਆ ਗਏ ਜਾਂ ਉਹ ਉੱਥੇ ਹੀ ਰਹੇ? ਉਹ ਬਾਅਦ 'ਚ ਆਏ। ਅੱਛਾ, ਤੁਹਾਡੇ ਨਾਲ ਨਹੀਂ ਆਏ, ਆ ਗਏ ਇੱਧਰ? ਆ ਗਏ, ਹੁਣ ਤਾਂ ਅਹਿਮਦਪੁਰ ਸੜਕੀਆਂ ਬੈਠੇ ਨੇ। ਅੱਛਾ, ਉਹ ਬਾਅਦ 'ਚ ਆਏ ਸਰ, ਬਹਾਵਲਪੁਰ ਦੇ ਵਿੱਚ ਅਹਿਮਦਪੁਰ ਸੜਕੀਆਂ ਮੇਰੇ ਕੋਲ। ਅੱਛਾ, ਹੁਣ ਤਕਰੀਬਨ ਉਹ ਸਾਰੇ ਸਿਆਣੇ ਫੌਤ ਹੋ ਗਏ ਜੀ, ਹੁਣ ਉਹਨੇ ਆਲ ਔਲਾਦ ਹੈ। ਅੱਛਾ, ਅਤੇ ਤੁਸੀਂ ਸਿੱਧੇ ਫਿਰ ਕਿਹੜੀ ਜਗ੍ਹਾ 'ਤੇ ਆਏ? ਅਸੀਂ ਸਾਡਾ ਫਿਰ ਆ ਕੇ ਲਾਹੌਰ ਆ ਗਏ ਜੀ, ਲਾਹੌਰੋਂ ਅਸੀਂ ਚਨਿਓਟ ਆ ਗਏ। ਠੀਕ ਆ। ਚਿਰੋਟ ਅਸੀਂ 6 ਕੁ ਮਹੀਨੇ ਰਹੇ ਜੀ, ਹਾਂ 6 ਮਹੀਨੇ ਰਹਿ, ਉੱਥੇ ਕੰਮ ਕਾਰ ਕੋਈ ਨਹੀਂ ਸੀਗਾ ਜੀ। ਹਾਂ, ਫਿਰ ਅਸੀਂ ਚਲੇ ਗਏ 36 ਚੱਕ ਜਨੂਬੀ ਸਰਗੋਦੇ। ਸਰਗੋਦੇ? ਅੱਛਾ, ਤੁਸੀਂ ਚੱਟ ਖੁਸ਼ੀ ਨੂੰ ਜਾਣਦੇ? ਚੱਟ ਖੁਸ਼ੀ ਸਾਡੇ ਠੰਡ ਨਾਲ ਹੁੰਦੇ ਮੀਆਂ ਬੀਬੀ ਜੀ ਜੀ, ਉਹਦਾ ਖੁਸ਼ੀ ਦਾ ਚਾਚਾ ਵੀ, ਉਹ ਵੀ ਨਾਲ ਸਾਡੇ ਫੈਮਿਲੀ, ਬਾਬਾ ਜੀ ਸੇ ਸੀ। ਅੱਛਾ, ਉੱਥੇ ਲੈ ਕੇ ਸੀਗਾ ਕੋਈ ਖੱਡੀਆਂ ਦਾ ਕਾਰੋਬਾਰ। ਅੱਛਾ, ਅਤੇ ਉਹ ਵੀ ਫਿਰ ਸਮਝ ਨਾ ਆਇਆ ਜੀ, ਕਿਉਂਕਿ ਸੂਤ ਮਿਲਦਾ ਸੀ, ਉਹ ਸੀ ਵੀ ਥੋੜ੍ਹਾ ਇਕੱਠਾ ਲਾਈ ਜਾਓ, ਸੂਤ ਬਣਾਈ ਜਾਓ ਜੀ ਜੀ। ਉੱਥੋਂ 6 ਮਹੀਨਿਆਂ ਤੋਂ ਬਾਅਦ ਵਾਪਸ
ਚਨੋਟ ਆ ਗਏ। ਅੱਛਾ, ਸਰਗੋਧੇ ਤੋਂ ਵਾਪਸ ਚਨੋਟ ਆ ਗਏ, ਛੱਤੀ ਚੱਕ ਤੋਂ। ਹਾਂਜੀ, ਉੱਥੇ ਵੀ ਆਪਣੇ ਵਾਲਦ ਮੇਰਾ ਚਾਚਾ ਡੀਪੂ 'ਤੇ ਨੌਕਰੀ ਕਰਨ ਲੱਗ ਗਏ। ਅੱਛਾ, ਅਸੀਂ ਉੱਥੇ ਸਾਲ ਕੇ ਸਟੇਅ ਕੀਤਾ ਆਪਣੇ ਚਨੋਟ 'ਚ। ਜੀ ਜੀ, ਫਿਰ ਅਸੀਂ ਅਸੀਂ ਆ ਗਏ ਚਕੇਰੇ, ਨਾਲ ਹੀ ਪਿੰਡ ਆ ਚਕੇਰੇ ਦਾ, ਫੈਸਲਾਬਾਦ ਦੇ ਵਿੱਚ। ਫੈਸਲਾਬਾਦ, ਹਾਂਜੀ ਹਾਂਜੀ। ਉੱਥੇ ਸੁਲਤਾਨ ਨੰਬਰਦਾਰ, ਜੀ ਜੀ, ਤਾਲਾ ਨੂੰ ਕਿਰੀ ਕੇ ਰਹਿਮਤ ਕਰੇ, ਜੀ ਜੀ, ਉਹਨੇ ਕੋਈ ਪਨਾਹ ਲਈ, ਉਹਨੇ ਸਾਨੂੰ ਬੜੀ ਸਾਡੀ ਹੈਲਪ ਕੀਤੀ। ਜੀ ਜੀ, ਅਤੇ ਉਸ ਤੋਂ ਬਾਅਦ ਫਿਰ ਅਸੀਂ ਟੂਰਨਾਮੈਂਟ ਆ ਕੇ। ਅੱਛਾ, ਤੁਸੀਂ ਮਾਸ਼ਾਅੱਲਾ ਐਗਰੀਕਲਚਰ 'ਚ ਰਿਟਾਇਰ ਹੋਏ ਜੇ? ਹਾਂਜੀ, ਐਜ਼ ਏ ਹੈਡ ਕਲਰਕ। ਹੈਡ ਕਲਰਕ ਅਯੂਬ ਸਰ 'ਚ? ਅੱਛਾ, ਅਯੂਬ ਸਰ ਤੋਂ ਨਾਲ ਸਾਡਾ ਹੈਗਾ ਪਰ ਇੰਜੀਨੀਅਰਿੰਗ ਸ਼ੋਭਾ। ਹਾਂਜੀ, ਹੈਗਾ ਹੈਗਾ। ਉੱਥੇ ਅਸੀਂ ਉਹ ਐਵਰੇਜ ਕਢਾਉਣ ਜਾਂਦੇ ਹੁੰਦੇ ਹਾਂ, ਗੱਡੀਆਂ ਗੁੱਡੀਆਂ ਵੀ। ਹਾਂ, ਉਹੀ ਅਸੀਂ, ਹਾਂਜੀ ਅਸੀਂ ਚੈੱਕ ਕਰਦੇ ਹਾਂ। ਹਾਂ ਬਿਲਕੁਲ ਬਿਲਕੁਲ। ਅੱਛਾ, ਉਹ ਐਵਰੇਜ ਸਰਟੀਫਿਕੇਟ ਅਸੀਂ ਦਿੰਦੇ ਹਾਂ। ਅੱਛਾ, ਸਰਕਾਰੀ ਗੱਡੀਆਂ। ਅਤੇ ਇਹ ਗੱਲ ਦੱਸੋ ਵੀ ਜਿਹੜਾ ਤੁਹਾਡਾ ਪਿੰਡ ਸੀ ਪਿਛਲਾ, ਹਾਂਜੀ, ਉਹਦੀ ਕਦੇ ਯਾਦ ਆਈ ਆ? ਯਾਦ ਤਾਂ ਉਹ ਜਨਾਬ ਇੱਦਾਂ ਵੀ ਉਹ ਤਾਂ ਕਦੇ ਭੁੱਲਦੀ ਨਹੀਂ। ਅੱਛਾ, ਯਾਨੀ ਕੋਈ ਵੀ ਗੱਲ ਕਹੇ ਤਾਂ ਅਸੀਂ ਉਹਦੀ ਰੈਫਰੈਂਸ ਦਿੰਦੇ ਆਪਣੇ ਪਿੰਡ ਦਾ ਜਾਂ ਪਿਛਲਾ ਜੋ ਵੀ ਸਾਡਾ। ਜੀ ਜੀ, ਉਹ ਨਹੀਂ ਭੁੱਲ ਸਕਦਾ ਨਾ ਹੀ ਭੁੱਲਣ ਚੀਜ਼ ਦਾ। ਸਹੀ, ਇਹ ਗੱਲ ਦੱਸੋ ਵੀ ਤੁਸੀਂ ਮਾਸ਼ਾਅੱਲਾ, ਚਲੋ ਤੁਹਾਡੀ ਥੋੜ੍ਹੀ ਉਮਰ ਸੀ, ਲੇਕਿਨ ਤੁਸੀਂ ਉਹ ਦੌਰ ਵੇਖਿਆ, ਥੋੜ੍ਹਾ ਬਹੁਤਾ ਤੁਹਾਨੂੰ ਯਾਦ ਆ ਜਿਹੜਾ ਤੁਸੀਂ ਉਸ ਪਿੰਡ 'ਚ ਗੁਜ਼ਾਰਿਆ? ਸਮਾਂ ਉਹ ਚੰਗਾ ਸੀ ਕਿ ਹੋਣ ਵਾਲਾ ਚੰਗਾ? ਦੇਖੋ ਜੀ, ਇਹ 'ਚ ਦੋ ਪਹਿਲੂ ਕਹਿੰਦੇ ਨੇ, ਇੱਕ ਤਾਂ ਮੁਹੱਬਤ ਔਰ ਪਿਆਰ। ਜੀ ਜੀ, ਉਹ ਤਾਂ ਉਹ ਚੰਗਾ ਸੀ। ਜੀ ਜੀ, ਜਿਹੜੇ ਹੈਗੇ ਆਜ਼ਾਦੀ, ਸੁੱਖ ਦਾ ਸਾਹ ਲੈਣਾ, ਕਿਸੇ ਦਾ ਰੋਹ ਵੀ ਝੜਨਾ ਕਿਸੇ ਦਾ, ਉਹ ਹੁਣ ਚੰਗਾ। ਜੀ, ਸਾਨੂੰ ਕੋਈ ਨੰਬਰ ਦਾ ਜਾਂ ਕੋਈ ਸਾਨੂੰ ਚੌਧਰੀ ਸਾਡੇ ਦਾ ਰੋਹ ਨਹੀਂ ਪਾ ਸਕਦਾ ਆ ਕੇ। ਉੱਥੇ ਤਾਂ ਪਿਛਲਾ ਸਮੇਂ ਤਾਂ ਇਹ ਸੀ ਵੀ ਆਪਣੇ ਨੂੰ ਰਹਿ ਦੇ ਕੇ ਪਾ ਲੈਣਾ ਨੌਕਰ ਨੂੰ, ਚੱਲ ਪਾਣੀ ਲਾ ਜਾ ਕੇ, ਪਾਣੀ ਦੀ ਵਾਰੀ ਆ। ਇਹ ਆਜ਼ਾਦੀ ਜ਼ਿਆਦਾ ਚੰਗਾ, ਕਿਉਂਕਿ ਸਾਨੂੰ ਆਜ਼ਾਦੀ ਦਾ ਹਰ ਚੀਜ਼ ਦੀ ਹੈ ਨਾ। ਜੀ ਹਾਂ ਜੀ ਹਾਂ, ਬਿਲਕੁਲ ਬਿਲਕੁਲ ਸਹੀ ਹੈ। ਉਹ ਤਾਂ ਅਸੀਂ ਸਿੱਖਾਂ ਵੀ ਰਹਿ ਗਏ। ਤੁਹਾਡੇ ਮਤਲਬ ਫੈਮਿਲੀ 'ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਸ਼ਹੀਦ ਹੋ ਗਏ ਉੱਥੇ। ਜੀ ਜੀ, ਅਤੇ ਜਦੋਂ ਤੁਹਾਨੂੰ ਯਾਦ ਆਉਂਦੀ ਆ ਆਪਣੇ ਵਾਲਦਾ ਵਾਲਦਿਆਂ ਜਿਹੜੇ ਉੱਥੇ ਸ਼ਹੀਦ ਹੋਏ ਆ, ਯਾਦ ਕੀ ਮਹਿਸੂਸ ਹੁੰਦਾ? ਨਹੀਂ ਮਹਿਸੂਸ, ਫਿਰ ਸਵਾਏ ਰੋਣ ਤੋਂ ਕੀ ਹੋ ਸਕਦਾ, ਅੱਖਾਂ ਦੇ ਫਿਰ ਵਸਦੀਆਂ। ਮਾਂ ਦੀ ਯਾਦ ਆਉਂਦੀ ਆ, ਭਾਈ ਦੀ ਯਾਦ ਆਉਂਦੀ ਹੈ। ਲਓ ਨਾਜ਼ਰੀਨ, ਅਸੀਂ ਇਹ ਬਜ਼ੁਰਗਾਂ ਕੋਲੋਂ 1947 ਦੀ ਕਹਾਣੀ ਸੁਣੀ ਵੀ ਇਹ ਕਿਹੜੇ ਪਿੰਡ 'ਚ ਰਹਿੰਦੇ ਸੀ ਅਤੇ ਪਾਕਿਸਤਾਨ ਪਹੁੰਚਣ ਵਾਸਤੇ ਇਹਨਾਂ ਨੂੰ ਕਿਹੜੀਆਂ ਦੁੱਖ ਤਕਲੀਫਾਂ ਮੁਸੀਬਤਾਂ ਝੱਲਣੀਆਂ ਪਈਆਂ। ਸਾਨੂੰ ਇਜਾਜ਼ਤ ਦਿਓ, ਅਗਲੀ ਸਟੋਰੀ ਦੇ ਨਾਲ, ਨਵੇਂ ਬਜ਼ੁਰਗਾਂ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ, ਰੱਬ ਰੱਖ।